ਕੈਨੇਡਾ ਦੇ ਵਿੱਚ ਬਹੁਤ ਪਹਿਲਾਂ ਜਦੋਂ ਪੰਜਾਬੀ ਵਸੇ ਤੇ ਉਹਨਾਂ ਦੀ ਉਸ ਦੇ ਲਈ ਘਾਲਣਾ ਆ ਉਹ ਸੰਘਰਸ਼ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਮੁਲਕਾਂ 'ਚ ਸਾਰਿਆਂ ਦੀ ਆਪਣੀ ਆਪਣੀ ਪਛਾਣ ਬਣੇ ਬਜਾਏ ਕਿ ਉਹਨਾਂ ਨੂੰ ਇੱਕ ਰੰਗ ਨਾਲ ਜਿੱਦਾਂ ਸਟੀਰੀਓਟਾਈਪ ਕਰਨਾ। ਇਹਨਾਂ ਦਿਨਾਂ ਦੇ ਅੰਦਰ ਇੱਕ ਚਰਚਾ ਚੱਲ ਰਹੀ ਹੈ ਕਿ ਜਿਹੜੇ ਕੈਨੇਡਾ ਦੇ ਅੰਦਰ ਭਾਰਤ ਪੰਜਾਬ ਦੇ ਵਿੱਚੋਂ ਗਏ ਹੋਏ ਨੇ ਜੀ, ਉਹਨਾਂ ਨੂੰ ਤੁਸੀਂ ਸਾਊਥ ਏਸ਼ੀਅਨ ਕਹਿ ਕੇ ਸੰਬੋਧਿਤ ਕਰ ਲਓ। ਮੈਂ ਚਾਹੁੰਦਾ ਵੀ ਜਿੱਦਾਂ ਦਾ ਮਾਣ ਸਾਨੂੰ ਮਿਲੇ ਸਾਰਿਆਂ ਨੂੰ ਮਿਲੇ ਉਹਦੇ ਜੇ ਹੋਵੇ ਵੀ ਇਕੱਲੀ ਜੇ ਅਸੀਂ ਸਰਬਤ ਦੇ ਭੱਲੇ ਦੇ ਹਾਮੀ ਆ ਫਿਰ ਇੱਦਾਂ ਨਾ ਹੋਵੇ ਕਿ ਅਸੀਂ ਆਪਣੀ ਗੱਲ ਕਰੀਏ ਤੇ ਕਿਸੇ ਹੋਰ ਦੀ ਨਾ ਕਰੀਏ। ਇੱਕ ਬੰਦੇ ਲਈ ਆਪਣੀ ਹੋਂਦ ਆਪਣੇ ਵਜੂਦ ਦੀ ਜਿਹੜਾ ਉਹਦਾ ਇਤਿਹਾਸਕ ਪਿਛੋਕੜ ਹੈ ਜਾਂ ਉਹਦਾ ਜੜ੍ਹਾਂ ਦਾ ਪਿਛੋਕੜ ਹੈ ਮਤਲਬ ਉਹ ਮਾਇਨੇ ਕਿਉਂ ਰੱਖਦਾ? ਦਿੱਕਤ ਇਹ ਆਉਂਦੀ ਆ ਵੀ ਜਦੋਂ ਸਾਡੇ ਬੱਚੇ ਆ ਕੇ ਸਾਨੂੰ ਕਹਿਣ ਲੱਗ ਪੈਂਦੇ ਨੇ ਵੀ ਵੀ ਆਰ ਸਾਊਥ ਏਸ਼ੀਅਨ, ਸੋ ਉਹਦੇ ਵਿੱਚ ਜਿਹੜੀ ਸਾਡੀ ਸਿੱਖ ਆਈਡੈਂਟੀ ਆ ਜਿਹੜੀ ਸਿੱਖ ਕੈਨੇਡੀਅਨ ਆਈਡੈਂਟੀ ਆ ਉਹ ਜਿਵੇਂ ਅਰੇਸ ਹੋ ਜਾਂਦੀ ਆ। 50 ਸਾਲ ਬਾਅਦ ਜਿਹੜੇ ਸਾਡੇ ਗੁਰੂ ਘਰ ਨੇ, ਜਿਹੜਾ ਸਾਡਾ ਸੱਭਿਆਚਾਰ ਆ, ਜਿਹੜੀ ਸਾਡੀ ਜ਼ੁਬਾਨ ਆ ਪੰਜਾਬੀ, ਗੁਰਮੁਖੀ ਸਾਡੀ ਲਿਪੀ ਆ, ਉਹ ਸਾਰੇ ਦਾ ਨਾਮ ਫਿਰ ਸਾਊਥ ਏਸ਼ੀਅਨ ਹੋਏਗਾ। ਸਾਡੀ ਜਿਹੜਾ ਇਸ਼ੂ ਇਹ ਆ ਕਿ ਜਿਹੜਾ ਸਿੱਖ ਆ ਉਹਦੀ ਆਈਡੈਂਟੀ ਨੂੰ ਇੱਕ ਖਤਰਾ ਆਇਆ ਇਹਦੇ ਨਾਲ। ਜੇ ਆਪਣਾ ਦਾਇਰਾ ਵੱਡਾ ਕਰਨ ਲਈ ਪੱਖਾ ਦੇਖ ਕੇ ਜੇ ਤੁਸੀਂ ਆਪਣਾ ਕੱਚਾ ਘਰ ਢਾ ਦੇਣਾ ਆ ਉਹ ਮੇਰੇ ਨਾਲ ਖਿਆਲ ਨਾਲ ਕੋਈ ਬੜੀ ਸਿਆਣਾ ਨਹੀਂ ਹੈਗੀ। ਉਹ ਤੇ ਮਜੋਰਟੀ ਕਮਿਊਨਿਟੀ ਜੋ ਕਿ ਗੋਰੀ ਕਮਿਊਨਿਟੀ ਆ ਉਹ ਆਪਣਾ ਵੀ ਦਾਇਰਾ ਵੱਡਾ ਕਰਨ ਨਾ ਉਹਦੇ ਨਾਲ, ਉਹ ਆਪਣੇ ਆਪ ਨੂੰ ਨੌਰਥ ਅਮੈਰੀਕਨ ਕਹਿਣਾ ਸ਼ੁਰੂ ਕਰਨ। ਬਹੁਤ ਘਾਲਣਾ ਕਰ ਕਰਕੇ ਨਾ ਆਪਾਂ ਇੱਕ ਥਾਂ ਤੇ ਆਪਣੀ ਪਛਾਣ ਬਣਾਈ ਆ। ਪੰਜਾਬ ਜਿਹੜੇ ਤੋਂ ਅਸੀਂ ਆਏ ਹੋਏ ਹਾਂ ਉਹ ਸਾਡੀ ਜੜ੍ਹ ਆ ਅਤੇ ਇੱਥੇ ਸਾਡਾ ਬੂਟਾ ਲੱਗਾ ਹੋਇਆ, ਉੱਥੇ ਵੱਖਰੇ ਵੱਖਰੇ ਆਲ੍ਹਣੇ ਬਣ ਰਹੇ ਨੇ, ਖੂਬਸੂਰਤ ਪੰਛੀ ਆ ਰਹੇ ਨੇ। ਨਾ ਤਾਂ ਜੜ੍ਹ ਨੂੰ ਕੱਟ ਸਕਦੇ ਹਾਂ ਅਤੇ ਨਾ ਹੀ ਦਰੱਖਤ ਨੂੰ ਕੱਟ ਸਕਦੇ ਹਾਂ। ਜਦੋਂ ਦੀ ਇਹ ਦੁਨੀਆ ਸ਼ੁਰੂ ਹੋਈ ਹੈ ਤਾਂ ਸਮਝ ਸਕਦੇ ਹਾਂ ਕਿ ਆਪਾਂ ਸੱਭਿਅਤਾਵਾਂ ਵੀ ਉਦੋਂ ਦੀਆਂ ਨੇ ਅਤੇ ਹਰ ਸੱਭਿਅਤਾ ਦਾ ਆਪਣਾ ਵਜੂਦ ਹੈ, ਹੋਂਦ ਹੈ, ਉਹਦੀ ਪਛਾਣ ਹੈ ਅਤੇ ਪਛਾਣ ਦਾ ਇਹ ਸੰਘਰਸ਼ ਮੁੱਢ ਕਦੀਮੀ ਰਿਹਾ ਅਤੇ ਪਛਾਣ ਨੂੰ ਤਵੱਜੋ ਦੇਣੀ ਵੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਾਡੀ ਹੋਂਦ ਦੀ ਨਿਸ਼ਾਨਦੇਹੀ ਉਸ ਤੋਂ ਹੁੰਦੀ ਹੈ। ਜੇ ਸਿੰਧ ਘਾਟੀ ਦੀ ਸੱਭਿਅਤਾ ਦੀ ਅਸੀਂ ਪਛਾਣ ਕਰਦੇ ਹਾਂ ਅਤੇ ਅਸੀਂ ਉਹਦੇ ਅਵਸ਼ੇਸ਼ਾਂ ਤੋਂ ਕਰਦੇ ਹਾਂ ਅਤੇ ਉਸ ਦੇ ਨਾਲ ਉਸ ਸੱਭਿਅਤਾ ਦੇ ਨਿਸ਼ਾਨ ਸਾਡੇ ਤੱਕ ਪਹੁੰਚਦੇ ਨੇ, ਇਸੇ ਤਰ੍ਹਾਂ ਹਰ ਕਮਿਊਨਿਟੀ, ਹਰ ਭਾਈਚਾਰਾ, ਹਰ ਦੇਸ਼, ਹਰ ਖਿੱਤੇ ਦੀ ਆਪਣੀ ਪਛਾਣ ਹੈ। ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ, ਇਹਨੂੰ ਸੌਖੀ ਤਰ੍ਹਾਂ ਸਮਝੀਏ ਤਾਂ ਪੰਜਾਬ ਜੇ ਪੰਜਾਬ ਹੈ ਪਰ ਉਸਦੇ ਅੰਦਰ ਵੀ ਫਿਰ ਹੋਰ ਪਛਾਣਾਂ ਨੇ। ਉਸਦੇ ਅੰਦਰ ਇੱਕ ਮਾਝੇ ਦੀ ਪਛਾਣ ਹੈ, ਦੁਆਬਾ, ਮਾਲਵਾ, ਪੋਠੋਹਾਰ, ਪੁਆਧ, ਅਤੇ ਇਸੇ ਕਰਕੇ ਪੁਆਧ ਦੀ ਧਰਤੀ ਦੇ ਲੋਕ, ਮਾਝੇ ਦੀ ਧਰਤੀ ਦੇ ਲੋਕ ਆਪੋ ਆਪਣੀ ਪਛਾਣਾਂ ਨੂੰ ਲੈ ਕੇ ਜੱਦੋਜਹਿਦ ਕਰਦੇ ਨੇ, ਸੰਘਰਸ਼ ਕਰਦੇ ਨੇ ਅਤੇ ਉਸਦੇ ਲਈ ਮਿਹਨਤ ਕਰਦੇ ਨੇ। ਇਹ ਜ਼ਰੂਰੀ ਕਿਉਂ ਹੈ? ਇਸ ਕਰਕੇ ਜ਼ਰੂਰੀ ਹੈ ਕਿਉਂਕਿ ਬੰਦੇ ਦੀ ਹੋਂਦ ਦਾ ਪੂਰਾ ਆਧਾਰ ਇਸੇ ਤੋਂ ਹੈ। ਜਦੋਂ ਕੈਨੇਡਾ ਦੀ ਆਪਾਂ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਬਹੁਤ ਪਹਿਲਾਂ ਜਦੋਂ ਪੰਜਾਬੀ ਵਸੇ ਤਾਂ ਉਹਨਾਂ ਦੀ ਉਸਦੇ ਲਈ ਘਾਲਣਾ ਆ, ਉਹ ਸੰਘਰਸ਼ ਹੈ। ਚਾਹੇ ਉਹ ਟਿੰਬਰ ਇੰਡਸਟਰੀ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਸੱਤਾ ਕਾਇਮ ਕੀਤੀ ਹੋਵੇ ਅਤੇ ਉਸ ਫਖਰ ਦੇ ਨਾਲ ਉਹ ਅੱਜ ਤੱਕ ਆਪਣੇ ਵਜੂਦ ਨੂੰ ਪਿਆਰ ਕਰਦੇ ਨੇ, ਸਤਿਕਾਰ ਦਿੰਦੇ ਨੇ, ਮਾਣ ਕਰਦੇ ਨੇ। ਇਸੇ ਤਰ੍ਹਾਂ ਅਸੀਂ ਜਦੋਂ ਵੀ ਯਾਦ ਕਰਦੇ ਹਾਂ, ਅਸੀਂ ਮੇਵਾ ਸਿੰਘ ਲੋਪੇ ਕੋਈ ਹੋਣਾਂ ਨੂੰ ਯਾਦ ਕਰਦੇ ਹਾਂ, ਅਸੀਂ ਗਦਰੀ ਬਾਬਿਆਂ ਨੂੰ ਯਾਦ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਸੰਤਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਸਥਾਪਿਤ ਕੀਤਾ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਵੱਡਾ ਟਰੱਸਟ ਬਣਾਇਆ।
ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਇੱਕ ਚਰਚਾ ਚੱਲ ਰਹੀ ਹੈ ਕਿ ਜਿਹੜੇ ਕੈਨੇਡਾ ਦੇ ਅੰਦਰ ਭਾਰਤ ਪੰਜਾਬ ਦੇ ਵਿੱਚੋਂ ਗਏ ਹੋਏ ਨੇ ਜੀ, ਉਹਨਾਂ ਨੂੰ ਤੁਸੀਂ ਸਾਊਥ ਏਸ਼ੀਅਨ ਕਹਿ ਕੇ ਸੰਬੋਧਿਤ ਕਰ ਲਓ। ਇਸ ਦੇ ਵਿੱਚ ਗੜਬੜ ਹੈ, ਉੱਪਰੀ ਉੱਪਰੀ ਤੌਰ 'ਤੇ ਸਮਝਾਂਗੇ ਅਤੇ ਆਪਾਂ ਕਹਾਂਗੇ ਨਹੀਂ ਇਸ ਦੇ ਵਿੱਚ ਕੀ ਗੱਲ ਹੈ, ਅਸੀਂ ਸਾਊਥ ਏਸ਼ੀਅਨ ਹਾਂ। ਪਰ ਨਹੀਂ, ਜਦੋਂ ਕੈਨੇਡਾ ਦੇ ਅੰਦਰ ਖਾਸ ਮਾਰ ਕੇ ਮਾਰੇ ਗਏ, ਉਹ ਖਾਸ ਖਿੱਤੇ ਦੇ ਲੋਕਾਂ ਨੇ ਮਾਰੇ ਅਤੇ ਉਹਨਾਂ ਦੀ ਉਹ ਸਾਰੀ ਅਚੀਵਮੈਂਟ ਉਪਲਬਧੀ ਨੂੰ ਅਸੀਂ ਸਾਊਥ ਏਸ਼ੀਅਨ ਦੇ ਵਿੱਚ ਰਲਗੜ ਨਹੀਂ ਕਰ ਸਕਦੇ। ਸਾਊਥ ਏਸ਼ੀਅਨ ਜਦੋਂ ਅਸੀਂ ਕਹਿੰਦੇ ਹਾਂ ਉਸ ਦੇ ਵਿੱਚ ਅਫਗਾਨਿਸਤਾਨ ਵਾਲੇ ਵੀ ਆ ਜਾਂਦੇ ਨੇ, ਚਾਈਨਾ ਵਾਲੇ ਵੀ ਆ ਜਾਂਦੇ ਨੇ, ਪਾਕਿਸਤਾਨ, ਭਾਰਤ, ਪੰਜਾਬ ਵਾਲੇ ਸਾਰੇ ਆ ਜਾਂਦੇ ਨੇ, ਤਾਂ ਮਾਇਨੇ ਇਹ ਰੱਖਦਾ ਕਿ ਜਦੋਂ ਪੰਜਾਬ 'ਤੇ ਸਿੱਖਾਂ ਨੇ, ਪੰਜਾਬੀਆਂ ਨੇ ਖਾਸ ਮਾਰ ਕੇ ਮਾਰੇ, ਉਹਨਾਂ ਦੀ ਉਸ ਪਛਾਣ ਨੂੰ ਅਸੀਂ ਸਾਊਥ ਏਸ਼ੀਅਨ ਦੇ ਵਿੱਚ ਰਲਗੜ ਕਿਵੇਂ ਕਰ ਦਈਏ। ਇੱਕ ਬੜੀ ਚਰਚਾ ਹੈ ਅਤੇ ਇਸੇ ਚਰਚਾ ਨੂੰ ਬੜੇ ਸੁਹਿਰਦ ਹੋ ਕੇ ਰਾਜ ਸਿੰਘ ਭੰਡਾਲ ਹੋਣਾ ਨੇ ਸਾਡੇ ਤੱਕ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਇਸ ਦੇ ਬਾਰੇ ਉਹਨਾਂ ਨੇ ਲਗਾਤਾਰ ਕੈਨੇਡਾ ਦੇ ਵੱਖ ਵੱਖ ਮੀਡੀਅਮ ਦੇ ਅੰਦਰ ਵੀ ਗੱਲ ਕੀਤੀ ਹੈ। ਵਣਜਾਰਾ ਨੋਮੈਡ ਮਿਊਜ਼ੀਅਮ ਦੇ ਰਾਜ ਸਿੰਘ ਭੰਡਾਲ ਅੱਜ ਸਾਡੇ ਨਾਲ ਨੇ, ਉਹਨਾਂ ਦੇ ਨਾਲ ਇਸ ਪੂਰੀ ਜੋ ਸਾਡੀ ਆਈਡੈਂਟੀ ਦਾ ਸੰਘਰਸ਼ ਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਭੰਡਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ। ਜੀ ਜੀ, ਮੇਰੇ ਵੱਲੋਂ, ਵਣਜਾਰਾ ਨੋਮੈਡ ਕਲੈਕਸ਼ਨ ਵੱਲੋਂ, ਜਿਹੜੇ ਸਾਰੇ ਪੰਜਾਬੀ ਆ ਸਾਡੇ ਵੱਲੋਂ ਫਤਿਹ ਬੁਲਾਉਂਦੇ ਹਾਂ ਜੀ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਇੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਸਾਊਥ ਏਸ਼ੀਅਨ ਜਦੋਂ ਕੋਈ ਆਪਾਂ ਨੂੰ ਸੰਬੋਧਿਤ ਕਰੇ ਉਸ ਦੇ ਵਿੱਚ ਗੜਬੜ ਕਿਉਂ ਲੱਗਦੀ ਤੁਹਾਨੂੰ? ਗੜਬੜ ਇਸ ਕਰਕੇ ਲੱਗਦੀ ਆ ਕਿ ਉਹ ਆਪਣੀ ਨਾ ਪਛਾਣ ਉਹਦੇ ਨਾਲ ਮਿਟਦੀ ਹੈ। ਇੱਕ ਤਾਂ ਮਿਲ ਗੋਬਾ ਜਿਹਾ ਹੁੰਦਾ, ਹਮੋਜਨਾਈਜ਼ ਹੁੰਦਾ ਸਾਰਾ ਕੁਛ, ਅਤੇ ਉਹਦੇ ਨਾਲ ਨਾਲ ਅਰੇਸ ਵੀ ਹੁੰਦੀ ਆਈਡੈਂਟੀ। ਸੋ ਉਹਦੇ ਨਾਲ ਜਿਹੜੇ ਉੱਥੇ 8 ਕੁ ਮੁਲਕ ਹੈਗੇ ਨੇ ਸਾਊਥ ਏਸ਼ੀਆ ਵਿੱਚ, ਉਹ ਉਹਨਾਂ ਦੀਆਂ ਸਾਰੀਆਂ ਆਪਣੀਆਂ ਆਪਣੀਆਂ ਪਛਾਣਾਂ ਨੇ, ਆਪਣੀਆਂ ਆਪਣੀਆਂ ਬੋਲੀਆਂ ਨੇ। ਅਫਗਾਨਿਸਤਾਨ ਹੋ ਗਿਆ, ਆਪਣਾ ਪੰਜਾਬ ਹੋ ਗਿਆ, ਹਿੰਦੁਸਤਾਨ ਹੋ ਗਿਆ, ਪਾਕਿਸਤਾਨ, ਭੂਟਾਨ ਹੋ ਗਿਆ, ਨੇਪਾਲ ਹੋ ਗਿਆ, ਥੱਲੇ ਸ਼੍ਰੀਲੰਕਾ, ਮੌਰੀਸ਼ਸ, ਮਾਲਦੀਵ, ਹੈ ਨਾ, ਨੇਪਾਲ, ਇਹਨਾਂ ਦੇ ਵਿੱਚ ਸਾਰਿਆਂ ਦੀ ਆਪਣੀ ਆਪਣੀ ਪਛਾਣ ਆ। ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਮੁਲਕਾਂ 'ਚ ਸਾਰਿਆਂ ਦੀ ਆਪਣੀ ਆਪਣੀ ਪਛਾਣ ਬਣੇ, ਬਜਾਏ ਕਿ ਉਹਨਾਂ ਨੂੰ ਇੱਕ ਰੰਗ ਨਾਲ ਜਿੱਦਾਂ ਸਟੀਰੀਓਟਾਈਪ ਕਰਨਾ, ਉਹਨਾਂ ਨੂੰ ਕਹਿ ਦੇਣਾ ਕਿ ਤੁਸੀਂ ਸਾਰੇ ਹੀ ਸਾਊਥ ਏਸ਼ੀਅਨ ਹੋ। ਜਿਹੜੀ ਇਹ ਟਰਮ ਆ ਨਾ, ਇਹ ਕਿਸੇ ਹੋਰ ਖਿੱਤੇ ਤੋਂ ਆਏ ਲੋਕਾਂ ਲਈ ਨਹੀਂ ਵਰਤ ਹੁੰਦੀ। ਜਿੱਦਾਂ ਜਿਹੜੇ ਜਰਮਨ ਆ, ਇਟਾਲੀਅਨ ਆ, ਇੰਗਲੈਂਡ ਆ, ਉਹ ਜਿਹੜੇ ਵੈਸਟਰਨ ਯੂਰਪ ਤੋਂ ਆਉਂਦੇ ਆ, ਉਹਨਾਂ ਦੀ ਕਦੇ ਆਈਡੈਂਟੀਫਿਕੇਸ਼ਨ ਇੱਦਾਂ ਨਹੀਂ ਹੁੰਦੀ ਕਿ ਤੁਸੀਂ ਵੈਸਟਰਨ ਯੂਰਪੀਅਨ ਹੋ। ਇੱਦਾਂ ਹੀ ਜਿਹੜੇ ਈਸਟਰਨ ਬਲੋਕ ਕੰਟਰੀਜ਼ ਨੇ, ਪੋਲੈਂਡ ਹੋ ਗਿਆ, ਉਹ ਜਿਹੜੇ ਉੱਧਰਲੇ ਕੰਟਰੀਜ਼ ਨੇ, ਉਹਨਾਂ ਦੀ ਵੀ ਕਦੀ ਪਛਾਣ ਇੱਦਾਂ ਨਹੀਂ ਹੁੰਦੀ ਵੀ ਯੂ ਆਰ ਈਸਟਰਨ ਯੂਰਪੀਅਨ। ਇੱਦਾਂ ਹੀ ਜਿਹੜਾ ਚਾਈਨਾ ਆ, ਉਹਦੀ ਕਦੀ ਪਛਾਣ ਨਹੀਂ ਹੁੰਦੀ ਵੀ ਉਹ ਈਸਟ ਏਸ਼ੀਆ 'ਚ ਆਉਂਦਾ ਆ, ਕਿਉਂਕਿ ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹ ਅਲਾਓ ਨਹੀਂ ਕਰਦੀ। ਇਸੇ ਤਰ੍ਹਾਂ ਜਿਹੜੀ ਸਾਡੀ ਇੱਕ ਬੜੀ ਰਿਸਪੈਕਟਡ ਕਮਿਊਨਿਟੀ ਆ, ਜੂਇਸ਼ ਕਮਿਊਨਿਟੀ ਆ, ਉਹ ਕਦੇ ਵੀ ਤੁਸੀਂ ਉਹਨਾਂ ਨੂੰ ਮਿਡਲ ਈਸਟਰਨ ਕਹਿ ਕੇ ਮੁਖਾਤਬ ਨਹੀਂ ਹੋਵੋਗੇ, ਕਦੀ ਉਹਨਾਂ ਨੂੰ ਅਰਬ ਨਹੀਂ ਕਹੋਗੇ। ਸੋ ਇਹ ਜਿਹੜੀ ਮਿਹਰ ਸਿਰਫ ਆਪਣੇ 'ਤੇ ਹੋ ਰਹੀ ਆ, ਅਸੀਂ ਉਹਦੇ ਬਾਰੇ ਆਵਾਜ਼ ਉਠਾ ਰਹੇ ਹਾਂ। ਸੋ ਇਹ ਜਦੋਂ ਮੈਂ ਗੱਲ ਕਰਾਂਗਾ, ਮੈਂ ਇਕੱਲੀ ਸਿੱਖਾਂ ਦੀ ਨਹੀਂ ਕਰਾਂਗਾ, ਇਕੱਲੀ ਪੰਜਾਬੀਆਂ ਦੀ ਨਹੀਂ, ਉਹ ਜਿਹੜੇ ਸਾਰੇ ਸਾਊਥ ਏਸ਼ੀਅਨ ਖਿੱਤੇ 'ਚੋਂ ਆਉਂਦੇ ਨੇ, ਮੈਂ ਉਹਨਾਂ ਸਾਰਿਆਂ ਦੀ ਗੱਲ ਕਰਾਂਗਾ। ਪਰ ਮੇਰੀ ਆਈਡੈਂਟੀ ਸਿੱਖ ਕੈਨੇਡੀਅਨ ਆ। ਸੋ ਜੇ ਤੁਸੀਂ ਮੇਰੇ ਮੂੰਹੋਂ ਸੁਣੋ ਵੀ ਸਿੱਖ ਕੈਨੇਡੀਅਨ, ਮੈਂ ਆਪਣੀ ਗੱਲ ਕਰ ਰਿਹਾ, ਪਰ ਉਹਦਾ ਤੁਸੀਂ ਇਹ ਵੀ ਭਾਵ ਲਿਓ ਕਿ ਮੈਂ ਚਾਹੁੰਦਾ ਵੀ ਜਿੱਦਾਂ ਦਾ ਮਾਣ ਸਾਨੂੰ ਮਿਲੇ, ਸਾਰਿਆਂ ਨੂੰ ਮਿਲੇ। ਉਹਦੇ 'ਚ ਇੱਦਾਂ ਨਾ ਹੋਵੇ ਵੀ ਇਕੱਲੀ ਜੇ ਅਸੀਂ ਸਰਬਤ ਦੇ ਭੱਲੇ ਦੇ ਹਾਮੀ ਆ, ਫਿਰ ਇੱਦਾਂ ਨਾ ਹੋਵੇ ਕਿ ਅਸੀਂ ਆਪਣੀ ਗੱਲ ਕਰੀਏ ਅਤੇ ਕਿਸੇ ਹੋਰ ਦੀ ਨਾ ਕਰੀਏ ਜੀ। ਪਰ ਥੋੜ੍ਹਾ ਜਿਹਾ ਇਸ ਦੇ ਬੈਕਗਰਾਊਂਡ ਸਮਝਾਓ ਵੀ ਸਾਊਥ ਏਸ਼ੀਅਨ ਦੇ ਵਿੱਚ ਕੌਣ ਕੌਣ ਆਉਂਦੇ ਨੇ, ਅਤੇ ਜਿਹੜੇ ਕਹਿੰਦੇ ਆ ਕਿ ਸਾਊਥ ਏਸ਼ੀਅਨ ਸੰਬੋਧਿਤ ਹੋ ਜਾਣਾ ਚਾਹੀਦਾ, ਉਹਨਾਂ ਦਾ ਇਸ ਪਿੱਛੇ ਕੀ ਦਲੀਲ ਹੈ, ਕੀ ਤਰਕ ਹੈ? ਉਹਨਾਂ ਦਾ ਜੀ, ਉਹ ਜਾਂ ਤਾਂ ਮੀਡੀਆ 'ਚ ਨੇ, ਜਾਂ ਪੋਲੀਟਿਕਸ 'ਚ ਨੇ, ਜਾਂ ਅਕੈਡੀਮੀਆ ਆ। ਸੋ ਬੇਸਿਕਲੀ ਉਹਨਾਂ ਨੇ ਜਾਂ ਤਾਂ ਫੰਡ ਲੈਣੇ ਆ, ਜਾਂ ਕੋਈ ਚੀਜ਼ ਵੇਚਣੀ ਆ। ਉਹਨਾਂ ਦਾ ਤਾਂ ਇਹ ਅੰਡਰਸਟੈਂਡਿੰਗ ਆ ਵੀ ਅਸੀਂ ਤਾਂ ਵੀ ਆਰ ਓਕੇ ਵਿਦ ਟਰਮ ਸਾਊਥ ਏਸ਼ੀਅਨ। ਹੁਣ ਜੇ ਤੁਸੀਂ ਕਦੀ ਕੋਈ ਮੇਲਾ ਕਰਾਉਣਾ ਹੋਵੇ ਇੱਥੇ, ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਉਹਦੇ 'ਚ ਤਾਂ ਹੀ ਹੋਏਗੀ ਜੇ ਤੁਸੀਂ ਉਹਦੀ ਟਰਮ ਇੱਕ ਬਰੋਡ ਜੀ ਟਰਮ ਕਰ ਦੋਗੇ ਸਾਊਥ ਏਸ਼ੀਅਨ, ਅਤੇ ਸਾਰਿਆਂ ਨੂੰ ਮਾਰਕੀਟਿੰਗ ਹੋ ਕੇ ਸਾਰਿਆਂ ਨੂੰ ਖਿੱਚਿਆ ਜਾਵੇਗਾ। ਪਰ ਦਿੱਕਤ ਇਹ ਆਉਂਦੀ ਆ ਵੀ ਜਦੋਂ ਸਾਡੇ ਬੱਚੇ ਆ ਕੇ ਸਾਨੂੰ ਕਹਿਣ ਲੱਗ ਪੈਂਦੇ ਨੇ
ਵੀ ਵੀ ਆਰ ਸਾਊਥ ਏਸ਼ੀਅਨ ਸੋ ਉਹਦੇ ਵਿੱਚ ਜਿਹੜੀ ਸਾਡੀ ਸਿੱਖ ਆਇਡੈਂਟੀ ਆ ਜਿਹੜੀ ਸਿੱਖ ਕੈਨੇਡੀਅਨ ਆਇਡੈਂਟੀ ਆ ਉਹ ਜਿਵੇਂ ਅਰੇਸ ਹੋ ਜਾਂਦੀ ਆ ਸੋ ਤੁਸੀਂ ਇਹਨੂੰ ਫੈਸਟ ਫੋਰਵਰਡ ਕਰਕੇ ਦੇਖੋ 50 ਸਾਲ ਬਾਅਦ ਜਿਹੜੇ ਸਾਡੇ ਗੁਰੂ ਘਰ ਨੇ ਜਿਹੜਾ ਸਾਡਾ ਸੱਭਿਆਚਾਰ ਆ ਜਿਹੜੀ ਸਾਡੀ ਜ਼ਬਾਨ ਆ ਪੰਜਾਬੀ ਗੁਰਮੁਖੀ ਸਾਡੀ ਲਿਪੀ ਆ ਉਹ ਸਾਰੇ ਦਾ ਨਾਮ ਫਿਰ ਸਾਊਥ ਏਸ਼ੀਅਨ ਹੋਏਗਾ ਕਿਉਂਕਿ ਜਦੋਂ ਤੁਸੀਂ ਇੱਕ ਬੱਚਿਆਂ ਨੂੰ ਉਸ ਰਾਹ 'ਤੇ ਤੋਰ ਦਿੱਤਾ ਆ ਉਹ ਉਹ ਕਿੱਦਾਂ ਦੁਬਾਰਾ ਰਿਵਾਈਵ ਹੋਏਗਾ ਹੁਣ ਕਈ ਚੀਜ਼ਾਂ ਤੁਸੀਂ ਦੇਖ ਲਓ ਜਿਹੜੀਆਂ ਆਪਣੇ ਨਾਲ ਜਿਹੜੇ ਵੀ ਪੰਜਾਬ 'ਚ ਹੋ ਰਹੀਆਂ ਨੇ ਉਹਨਾਂ ਨੂੰ ਰੈਕਟੀਫਾਈ ਕਰਨ ਲਈ ਕਿੰਨਾ ਜ਼ੋਰ ਲੱਗਿਆ ਹੋਇਆ ਚਾਹੇ ਉਹ ਪਾਣੀਆਂ ਦਾ ਮੁੱਦਾ ਆ ਚਾਹੇ ਆ ਪਿੱਛੇ ਜੇ ਸਾਡੇ ਇੱਕ ਗਾਇਕ ਇੱਥੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਚਾਹੇ ਉਹਨਾਂ ਦਾ ਮੁੱਦਾ ਆ ਸੋ ਇਹ ਜਿਹੜੀ ਸਾਰੇ ਮੁੱਦੇ ਨੇ ਨਾ ਉਹਨਾਂ ਨੂੰ ਜਿਹੜੀ ਸਤਾਈ ਤੌਰ ਤੋਂ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦਾ ਵੀ ਇਨਕਲੂਸਿਵ ਹੋ ਗਏ ਹਾਂ ਸਾਰੇ ਆਪਾਂ ਇਕੱਠੇ ਹੋ ਕੇ ਪਰ ਤੁਸੀਂ ਇਹ ਸੋਚ ਕੇ ਦੇਖੋ ਵੀ ਜਿਹੜਾ ਮੈਂ ਰਿਸਪੈਕਟਫੁਲੀ ਕਹਿਣ ਲੱਗਾ ਵੀ ਜਿਹੜਾ ਅਫਗਾਨੀ ਆ ਜਿਹੜਾ ਨੇਪਾਲੀ ਆ ਜਿਹੜਾ ਭੂਟਾਨੀ ਆ ਉਹਨਾਂ 'ਚ ਕੀ ਕੋਮਨ ਹੈ ਆਪਸ 'ਚ ਨਾ ਤਾਂ ਉਹਨਾਂ ਦੀ ਬੋਲੀ ਮਿਲੇ ਨਾ ਉਹਨਾਂ ਦਾ ਲਿਬਾਸ ਮਿਲੇ ਨਾ ਪਹਿਰਾਵਾ ਮਿਲੇ ਨਾ ਖਾਣਾ ਮਿਲੇ ਪਰ ਜਿਹੜਾ ਇੱਕ ਐਂਗਲੀਕਨ ਐਂਗਲ ਆ ਉਹ ਕਹਿੰਦਾ ਨਹੀਂ ਤੁਸੀਂ ਸਾਰੇ ਇੱਕੋ ਜਿਹੇ ਹੋ ਸੋ ਦਿੱਕਤ ਉੱਥੇ ਆਉਂਦੀ ਆ ਸੋ ਉਹਦੇ ਕਰਕੇ ਅਸੀਂ ਇੱਕ ਵੈਬਸਾਈਟ ਵੀ ਬਣਾਈ ਆ ਉਹਦਾ ਨਾਮ ਰੱਖਿਆ ਹੋਇਆ ਆਈ ਐਮ ਨੋਟ ਸਾਊਥ ਏਸ਼ੀਅਨ ਅਤੇ ਹੋਰ ਵੀ ਰੇਡੀਓਸ ਅਤੇ ਅਖਬਾਰਾਂ ਵਿੱਚ ਕਾਫੀ ਚਰਚਾ ਕੀਤੀ ਹੋਈ ਆ ਅਤੇ ਇੱਕ ਅਸੀਂ ਬੜੇ ਰਿਸਪੈਕਟਫੁਲੀ ਜੀ ਸਰਕਾਰ ਨੂੰ ਚੈਲੰਜ ਕੀਤਾ ਹੋਇਆ ਕਿ ਸਾਨੂੰ ਜਿਹੜੀ ਇਹਦੀ ਲੀਗਲ ਡੈਫੀਨੇਸ਼ਨ ਤੁਸੀਂ ਦੇ ਦਿਓ ਸਰਕਾਰ ਨੂੰ ਅਤੇ ਜਿਹੜਾ ਐਕਡੀਮੀਆ ਆ ਉਹਨਾਂ ਦੋਨਾਂ ਨੂੰ ਵੀ ਜਿਹੜੀ ਇਹਨਾਂ ਦੀ ਵਰਕਿੰਗ ਡੈਫੀਨੇਸ਼ਨ ਆ ਅਤੇ ਜਿਹੜੀ ਲੀਗਲ ਡੈਫੀਨੇਸ਼ਨ ਉਹ ਸਾਨੂੰ ਜ਼ਰੂਰ ਦੇਵੋ ਸਾਨੂੰ ਔਰ ਕਿਸੇ ਤੋਂ ਇਹ ਦੇ ਨਹੀਂ ਹੋ ਰਹੀ ਮੇਰੇ ਇੱਕ ਮਿੱਤਰ ਨੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਜਿਹਨਾਂ ਨੂੰ ਆਪਾਂ ਜਿਪਸੀ ਕਹਿੰਦੇ ਹਾਂ ਉਹ ਵੈਸੇ ਓਰਿਜਨਲੀ ਆਪਣੇ ਖਿੱਤੇ 'ਚੋਂ ਗਏ ਹੋਏ ਨੇ ਮੱਧ ਪ੍ਰਦੇਸ਼ ਕਹਿ ਲਓ ਜਾਂ ਰਾਜਸਥਾਨ ਉਸ ਖਿੱਤੇ 'ਚੋਂ ਨਾ ਉਹ ਉਹ ਜਦੋਂ ਯੂਰਪ ਪਹੁੰਚੇ ਨੇ ਅਤੇ ਯੂਰਪੀਅਨ ਨੇ ਸੋਚਿਆ ਸ਼ਾਇਦ ਇਹ ਇਜਿਪਟ ਤੋਂ ਆਏ ਨੇ ਅਤੇ ਉੱਥੋਂ ਉਹਨਾਂ ਦਾ ਨਾਮ ਵਿਗੜ ਕੇ ਜਿਪਸੀ ਹੋ ਗਿਆ ਸੋ ਜਦੋਂ ਜਿਪਸੀ ਕੈਨੇਡਾ 'ਚ ਆਉਂਦਾ ਆ ਇਹ ਉਹਨੂੰ ਸਾਊਥ ਏਸ਼ੀਅਨ ਨਹੀਂ ਮੰਨਦੇ ਫਿਰ ਇੱਦਾਂ ਹੀ ਜਿਹੜਾ ਇੰਗਲੈਂਡ 'ਚੋਂ ਆਪਣਾ ਜਿਹੜੀ ਚੌਥੀ ਜਨਰੇਸ਼ਨ ਹੈ ਚਾਹੇ ਆਪਣੀ ਹੋਵੇ ਚਾਹੇ ਆਪਣੇ ਹਿੰਦੂ ਭਰਾਵਾਂ ਦੀ ਹੋਵੇ ਚਾਹੇ ਮੁਸਲਮਾਨ ਭਰਾਵਾਂ ਦੀ ਜਿਹੜੇ ਕਦੀ ਸਾਊਥ ਏਸ਼ੀਆ ਜਿਨ੍ਹਾਂ ਨੇ ਪੈਰ ਵੀ ਨਹੀਂ ਰੱਖਿਆ ਜਦੋਂ ਉਹ ਕੈਨੇਡਾ 'ਚ ਮਾਈਗ੍ਰੇਟ ਹੋ ਕੇ ਆਉਂਦੇ ਨੇ ਇਹ ਉਹਨਾਂ ਨੂੰ ਵੀ ਫਿਰ ਸਾਊਥ ਏਸ਼ੀਅਨ ਕਹਿੰਦੇ ਨੇ ਸੋ ਮੈਂ ਇਹਨੂੰ ਇੱਦਾਂ ਸਮਝਦਾ ਕਿ ਜਦੋਂ ਇੱਕ ਬ੍ਰਿਟਿਸ਼ ਐਮਪਾਇਰ ਕਲੋਨੀਅਲ ਪਾਵਰ ਦਾ ਖਾਤਮਾ ਹੋਇਆ ਉਦੋਂ ਵੈਸਟਰਨ ਵਰਲਡ ਨੇ ਨਾ ਇੱਕ ਨਵੀਂ ਸਲੇਟ ਚਾਹੀਦੀ ਸੀਗੀ ਜਿੱਥੇ ਉਹਨਾਂ ਨੇ ਆਪਣੇ ਚੰਗੇ ਅਤੇ ਮਾੜੇ ਕੰਮ ਲੁਕਾਉਣੇ ਸੀਗੇ ਜਾਂ ਰੇਸ ਕਰਨੇ ਸੀਗੇ ਜਾਂ ਦਬਾਉਣੇ ਸੀਗੇ ਉਹਨਾਂ ਨੇ ਉਸ ਖਿੱਤੇ ਨੂੰ ਇੱਕ ਟਰਮ ਦਿੱਤੀ ਸਾਊਥ ਏਸ਼ੀਅਨ ਇੱਦਾਂ ਹੀ ਨੌਰਦਰਨ ਅਮੈਰੀਕਾ ਦੇ ਵਿੱਚ ਇੱਕ ਇਕੋਨਮਿਸਟ ਹੋਏ ਨੇ ਪੀ ਕੋਹਿਨ ਉਹ ਅਮੈਰੀਕਾ ਤੋਂ ਸੀਗੇ ਉਹਨਾਂ ਨੇ ਇਹ ਟਰਮ 1960ਵਿਆਂ ਵਿੱਚ ਨਾ ਬੜੀ ਜ਼ੋਰ ਨਾਲ ਇਹਦੀ ਵਰਤੋਂ ਕੀਤੀ ਤਾਂ ਹੋ ਸਕਦਾ ਉਹਨਾਂ ਨੇ ਉਸ ਖਿੱਤੇ ਨੂੰ ਸਮਝਣਾ ਹੋਵੇ ਇਹਦਾ ਇੱਕ ਹੋਰ ਰੀਜ਼ਨ ਵੀ ਹੈਗਾ ਕਿ ਜਿਹੜੇ ਆਪਣੇ ਹਿੰਦੁਸਤਾਨ ਦੇ ਆਲੇ ਦੁਆਲੇ ਛੋਟੇ ਮੁਲਕ ਨੇ ਕਿਉਂਕਿ ਹਿੰਦੁਸਤਾਨ ਦਾ ਜ਼ੋਰ ਇੰਡੀਅਨ ਸਬ ਕੰਟੀਨੈਂਟ ਕਰਕੇ ਹੁੰਦਾ ਉਸ ਆਈਡੈਂਟੀ ਕਰਕੇ ਸ਼ਾਇਦ ਹੋ ਸਕਦਾ ਉਹਨਾਂ ਨੂੰ ਘਟਾਉਣ ਲਈ ਇਹਨਾਂ ਨੇ ਉਹ ਟਰਮ ਫਿਰ ਇਨਫੋਰਸ ਕਰ ਦਿੱਤੀ ਪਰ ਇਹ ਜਿੱਦਾਂ ਵੀ ਹੋਈ ਆ ਸਾਡੀ ਜਿਹੜਾ ਇਸ਼ੂ ਇਹ ਆ ਕਿ ਜਿਹੜਾ ਸਿੱਖ ਆ ਉਹਦੀ ਆਈਡੈਂਟੀ ਨੂੰ ਇਹ ਖਤਰਾ ਆ ਇਹਦੇ ਨਾਲ ਹੁਣ ਦੇਖੋ ਆਪਣੇ ਕਿੰਨੇ ਬੱਚੇ ਐਜ਼ ਏ ਸਟੂਡੈਂਟ ਕੈਨੇਡਾ 'ਚ ਆ ਰਹੇ ਨੇ ਔਰ ਜਦੋਂ ਆਉਂਦੇ ਨੇ ਯੂਨੀਵਰਸਿਟੀਆਂ 'ਚ ਜਾਂਦੇ ਆ ਅਤੇ ਉੱਥੇ ਟਰਮ ਬੜੀ ਪ੍ਰਚਲਿਤ ਆ ਸੋ ਸਾਨੂੰ ਬਹੁਤ ਦੁੱਖ ਵੀ ਹੁੰਦਾ ਕਿ ਔਰ ਸਾਨੂੰ ਅਸੀਂ ਤੁਹਾਡੇ ਮੀਡੀਅਮ ਰਾਹੀਂ ਅਸੀਂ ਕਿਹਾ ਵੀ ਜਦੋਂ ਬੱਚੇ ਉੱਥੋਂ ਫਲਾਈਟ ਲੈਣ ਆਪਾਂ ਪਹਿਲਾਂ ਉਹਨਾਂ ਨੂੰ ਸੁਨੇਹਾ ਭੇਜ ਦਈਏ ਵੀ ਭਾਈ ਸਾਊਥ ਏਸ਼ੀਅਨ ਇਹ ਕੋਈ ਬਹੁਤ ਵੱਡੀ ਚੰਗੀ ਟਰਮ ਨਹੀਂ ਹੈਗੀ ਤੁਹਾਡੀ ਕੋਈ ਅਪਗ੍ਰੇਡ ਨਹੀਂ ਹੋ ਰਹੀ ਤੁਸੀਂ ਇਹਦੇ ਨਾਲ ਇਹਦੇ ਨਾਲ ਤਾਂ ਤੁਹਾਡੀ ਰੇਸ ਹੋ ਰਹੀ ਹੈ ਆਈਡੈਂਟੀ ਸੋ ਇਸ ਤਰ੍ਹਾਂ ਕਰਕੇ ਨਾ ਬਹੁਤ ਪੱਖੀ ਮਾਰ ਪੈ ਰਹੀ ਹੈ ਇਹ ਸਿਰਫ ਇੱਕ ਟਰਮ ਨਾਲ ਆਪਾਂ ਨੂੰ ਪਰ ਸਾਊਥ ਏਸ਼ੀਅਨ ਆਈਡੈਂਟੀ ਦੇ ਬਾਰੇ ਗੱਲ ਕਰਨ ਵਾਲਿਆਂ ਦਾ ਜਦੋਂ ਇਹ ਤਰਕ ਆਉਂਦਾ ਆ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਆਪਣੀ ਆਈਡੈਂਟੀ ਦੇ ਨਾਲ ਸਮੇਟ ਲੈਂਦੇ ਹੋ ਤਾਂ ਉਹ ਬਹੁਤ ਉਹਦਾ ਦਾਇਰਾ ਨਿੱਕਾ ਹੁੰਦਾ ਆ ਸਾਊਥ ਏਸ਼ੀਅਨ ਦੇ ਤੌਰ 'ਤੇ ਜਦੋਂ ਅਸੀਂ ਆਪਣੇ ਆਪ ਨੂੰ ਅਸਟੈਬਲਿਸ਼ ਕਰਦੇ ਹਾਂ ਤਾਂ ਉਹਦੇ ਨਾਲ ਸਾਡਾ ਦਾਇਰਾ ਵੱਡਾ ਹੋ ਜਾਂਦਾ ਜਾਂ ਉਹ ਫਰਾਕ ਦੇ ਲਈ ਦਾ ਜ਼ਰੀਆ ਆ ਜਾਂ ਮਤਲਬ ਕਿ ਆਪਣੀ ਆਈਡੈਂਟੀ ਦੇ ਵਿੱਚ ਸਮੇਟਣਾ ਇਹ ਜੀ ਤੰਗ ਦਿਲੀ ਦਾ ਨਜ਼ਰੀਆ ਆ ਅਤੇ ਜਦੋਂ ਇਸ ਤਰ੍ਹਾਂ ਦੀ ਤੁਹਾਡੇ ਆਲੇ ਦੁਆਲੇ ਵੀ ਤੁਹਾਡੇ ਨਾਲ ਵੀ ਬਹੁਤ ਸਾਰੇ ਬੰਦਿਆਂ ਨੇ ਇਸ ਤਰ੍ਹਾਂ ਦੀ ਚਰਚਾ ਕੀਤੀ ਹੋਏਗੀ ਅਤੇ ਇਸ ਦੇ ਪਿੱਛੇ ਤੁਹਾਡੀ ਕੀ ਦਲੀਲ ਆ
ਦੇਖੋ ਜੀ, ਜੇ ਆਪਣਾ ਦਾਇਰਾ ਵੱਡਾ ਕਰਨ ਲਈ ਪੱਕਾ ਦੇਖ ਕੇ ਜੇ ਤੁਸੀਂ ਆਪਣਾ ਕੱਚਾ ਘਰ ਢਾ ਦੇਣਾ ਆ, ਉਹ ਮੇਰੇ ਨਾਲ ਖਿਆਲ ਨਾਲ ਕੋਈ ਬਾਹਲੀ ਸਿਆਣਪ ਨਹੀਂ ਹੈਗੀ ਉਹ, ਜੇ ਸਿਰਫ ਤੁਸੀਂ ਦਾਇਰਾ ਹੀ ਵੱਡਾ ਕਰਨਾ ਆਪਣਾ। ਸੋ ਜੇ ਦਾਇਰਾ ਇਹ ਵੱਡਾ ਹੋ ਰਿਹਾ ਇਹਦੇ ਨਾਲ, ਫਿਰ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਉਹ ਆਪਣੇ ਆਪ ਨੂੰ ਨੌਰਥ ਅਮੈਰੀਕਨ ਕਿਉਂ ਨਹੀਂ ਕਹਿ ਰਿਹਾ? ਕਿਉਂਕਿ ਦਾਇਰਾ ਸਿਰਫ ਜਿਹੜੇ ਤੁਸੀਂ ਉੱਥੇ ਪੰਜਾਬੀ ਬੈਠੇ ਹੋ, ਇਕੱਲਾ ਉਹਨਾਂ ਦਾ ਥੋੜ੍ਹੀ ਵੱਡਾ ਕਰਨਾ, ਜਾਂ ਜਿਹੜੇ ਅਸੀਂ ਬੈਠੇ ਹਾਂ, ਜਿਹੜਾ ਇੱਥੇ ਮਜੋਰਟੀ ਕਮਿਊਨਿਟੀ, ਕਿਉਂਕਿ ਗੋਰੀ ਕਮਿਊਨਿਟੀ ਆ, ਉਹ ਆਪਣਾ ਵੀ ਦਾਇਰਾ ਵੱਡਾ ਕਰਨ ਨਾ ਉਹਦੇ ਨਾਲ, ਉਹ ਆਪਣੇ ਆਪ ਨੂੰ ਨੌਰਥ ਅਮੈਰੀਕਨ ਕਹਿਣਾ ਸ਼ੁਰੂ ਕਰਨ। ਫਿਰ ਜੇ ਦਾਇਰਾ ਹੋਰ ਵੱਡਾ ਕਰਨਾ, ਫਿਰ ਆਪਾਂ ਗਲੋਬਲ ਸਿਟੀਜ਼ਨ ਕਹਿ ਲਈਏ, ਮਤਲਬ ਇਹ ਜਿਹੜੇ ਥਰਡ ਵਰਲਡ ਕੰਟਰੀ 'ਚੋਂ ਲੋਕ ਇੱਥੇ ਆਏ ਹੋਏ ਨੇ ਭੂਰੇ ਰੰਗ ਦੇ, ਇਕੱਲਾ ਤੁਸੀਂ ਉਹਨਾਂ ਦਾ ਦਾਇਰਾ ਥੋੜ੍ਹੀ ਵੱਡਾ ਕਰੀ ਜਾਣਾ ਆ, ਤੁਸੀਂ ਆਪਣਾ ਵੀ ਦਾਇਰਾ ਵੱਡਾ ਕਰਨਾ ਨਾ। ਫਿਰ ਜਿਹੜੀ ਰਿਸਪੈਕਟਡ ਜੂਇਸ਼ ਕਮਿਊਨਿਟੀ ਆ, ਫਿਰ ਉਹਨਾਂ ਨੂੰ ਵੀ ਮਿਡਲ ਈਸਟਰਨ ਕਹਿਣਾ ਸ਼ੁਰੂ ਕਰ ਦਿਓ। ਤੁਸੀਂ ਉਹਨਾਂ ਨੂੰ ਕਹਿ ਕੇ ਦੇਖੋ, ਉਹਨਾਂ ਨੇ ਜੇ ਘੱਟੋ ਘੱਟ ਦਰਜਨ ਲੋਇਰ ਤੁਹਾਡੇ ਮਗਰ ਨਾਲ ਲਾ ਤੇ, ਉਹ ਆਪਣਾ ਦਾਇਰਾ ਉਹ ਵੱਡਾ ਨਹੀਂ ਕਰਨਾ ਚਾਹੁੰਦੇ, ਉਹ ਉੱਦਾਂ ਦਾ ਹੀ ਰਹਿਣਾ ਚਾਹੁੰਦੇ ਨੇ ਜਿੱਦਾਂ ਦਾ ਉਹ ਹੈਗੇ ਨੇ। ਔਰ ਦਾਇਰਾ ਜਿੰਨਾ ਕੁ ਉਹਨਾਂ ਨੇ ਸਮੇਟਿਆ ਹੋਇਆ, ਇਹਦੇ ਨਾਲ ਇਹ ਨਹੀਂ ਹੈਗਾ ਕੋਈ ਉਹਨਾਂ ਦੀ ਕਿਸੇ ਪਾਸਿਓਂ ਘਾਟ ਆ ਕਿਸੇ ਨੂੰ, ਆਪਣੇ ਆਪ ਨੂੰ। ਸੋ ਇਹ ਜਿਹੜੀ ਦਾਇਰਾ ਵੱਡਾ ਕਰਨ ਵਾਲੀਆਂ ਗੱਲਾਂ ਨੇ ਨਾ, ਦਾਇਰਾ ਫਿਰ ਤੁਸੀਂ ਵਨ ਨੇਸ਼ਨ ਵਨ ਲੈਂਗੁਏਜ, ਉਹ ਦਾਇਰਾ ਫਿਰ ਉਹਨੂੰ ਵੱਡਾ ਹੋਏਗਾ ਉਹਦੇ ਨਾਲ, ਜਿਹੜਾ ਇਹ ਸਲੋਗਨ ਆ ਰਿਹਾ ਨਾ, ਡਜ਼ਨਟ ਮੈਟਰ ਕਿਹੜੀ ਮੁਲਕ ਤੋਂ ਆ ਰਿਹਾ। ਸੋ ਮੇਰਾ ਖਿਆਲ ਨਹੀਂ ਉਹਨਾਂ ਦਾਇਰਾ ਕੋਈ ਵੱਡਾ ਹੁੰਦਾ। ਨਾਲੇ ਮੈਨੂੰ ਇਹ ਦੱਸੋ ਬਈ, ਕੋਈ ਵੀ ਧਰਮ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਆਪਾਂ ਸਿੱਖ ਧਰਮ ਦੀ ਗੱਲ ਕਰਾਂਗੇ, ਸਿੱਖ ਕੀ ਕਰੇ ਕਿ ਉਹਦਾ ਦਾਇਰਾ ਵੱਡਾ ਹੋ ਜਾਏ? ਆਪਣੀ ਆਈਡੈਂਟੀ ਅਰੇਸ ਕਰਕੇ, ਮਤਲਬ ਉਹ ਆਪਣੇ ਆਪ ਨੂੰ ਕਿਸੇ ਖਿੱਤੇ 'ਚ ਜਕੜ ਲਵੇ, ਉਹਦੇ ਨਾਲ ਉਹਦਾ ਦਾਇਰਾ ਵੱਡਾ ਹੁੰਦਾ। ਫਿਰ ਜਿਹੜਾ ਆਪਣਾ ਅਰਬਦ ਨਰਬਦ ਤੰਦੂਕਾਰਾ ਅਤੇ ਸਰਬਤ ਦਾ ਭਲਾ, ਉਹ ਕੌਨਸੈਪਟ, ਉਹ ਉਹਦਾ ਦਾਇਰਾ ਆਪਾਂ ਕਿੱਦਾਂ ਵੱਡਾ ਕਰਾਂਗੇ ਹੋਰ? ਉਹ ਜਿੱਦਾਂ ਮੇਰੀ ਇਹ ਨਾ ਜਿੱਦਾਂ ਸਮਝ ਤੋਂ ਬਾਹਰ ਦੀ ਗੱਲ ਆ ਥੋੜ੍ਹੀ ਜਿਹੀ, ਬਈ ਦਾਇਰਾ ਵੱਡਾ ਕਰਨ ਵਾਲੀ। ਪਰ ਜਦੋਂ ਆਪਾਂ ਇਹ ਸਾਰੀ ਚਰਚਾ ਨੂੰ ਕਰਦੇ ਹਾਂ, ਅਤੇ ਇਹਦੇ ਵਿੱਚ ਇਹ ਵੀ ਸਮਝਾਓ ਕਿ ਇੱਕ ਬੰਦੇ ਲਈ ਆਪਣੀ ਹੋਂਦ, ਆਪਣੇ ਵਜੂਦ ਦੀ, ਜਿਹੜਾ ਉਹਦਾ ਇਤਿਹਾਸਕ ਪਿਛੋਕੜ ਹੈ ਜਾਂ ਉਹਦਾ ਜੜ੍ਹਾਂ ਦਾ ਪਿਛੋਕੜ ਹੈ, ਮਤਲਬ ਉਹ ਮਾਇਨੇ ਕਿਉਂ ਰੱਖਦਾ? ਕਿਉਂਕਿ ਹੁਣ ਇੱਕ ਚਰਚਾ ਇਹ ਵੀ ਹੁੰਦੀ ਹੈ ਵੀ ਨਹੀਂ ਜੀ, ਤੁਸੀਂ ਅੱਜ 'ਚ ਜਿਉ ਰਹੇ ਹੋ, ਤੁਹਾਡੀਆਂ ਪਛਾਣਾਂ ਸਮੇਂ ਨਾਲ ਬਦਲਦੀਆਂ ਰਹਿੰਦੀਆਂ ਨੇ, ਜੇ ਤੁਸੀਂ ਅੱਜ ਪੰਜਾਬ 'ਚ ਹੋ ਤਾਂ ਹੋਰ ਹੋ, ਜੇ ਕੱਲ੍ਹ ਨੂੰ ਕੈਨੇਡਾ ਚਲੇ ਜਾਓਗੇ ਤਾਂ ਤੁਸੀਂ ਇੱਕ ਕੈਨੇਡੀਅਨ ਸਿੱਖ ਦੇ ਤੌਰ 'ਤੇ ਬਦਲ ਜਾਂਦੇ ਹੋ, ਫਿਰ ਪੰਜਾਬੀ ਸਿੱਖ ਨਹੀਂ ਰਹਿੰਦੇ, ਹੈ ਨਾ? ਫਿਰ ਅਗਲੀ ਪੀੜ੍ਹੀ ਹੈ ਉਹ ਉਸ ਤੋਂ ਵੀ ਅੱਗੇ ਹੋ ਜਾਏਗੀ। ਇੱਕ ਇਹ ਵੀ ਨਾਲ ਸਾਡਾ ਸੰਘਰਸ਼ ਚੱਲਦਾ ਆ ਕਿ ਕੈਨੇਡਾ ਵਿੱਚ ਬੈਠਾ ਬੰਦਾ ਪੰਜਾਬ ਨਾਲ ਜੁੜਿਆ ਰਹੇ। ਹੁਣ ਪੰਜਾਬ ਜਦੋਂ, ਫਾਰ ਐਗਜ਼ਾਮਪਲ, ਮੇਰੀ ਇੱਕ ਚਰਚਾ ਭੈਣ ਗੁਰਮੀਤ ਕੌਰ ਹੋਣਾ ਨਾਲ ਚੱਲ ਰਹੀ ਸੀ, ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਲਿਖੀ ਆ ਮਰਜੀਵੜਾ, ਹੁਣ ਉਹ ਕਹਿੰਦੇ ਸੀ, ਕਹਿੰਦੇ ਕਿ ਅਸੀਂ ਇਸ ਦੇਸ਼ ਦੇ ਵਿੱਚ ਵੱਸਦੇ ਹਾਂ, ਪਰ ਸਾਡਾ ਬਹੁਤ ਵੱਡਾ ਆਸਰਾ ਹੈਗੇ ਹੋ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਵੱਸਦੇ ਹੋ, ਅਤੇ ਤੁਹਾਡਾ ਜਿਉਂਦੇ ਜਾਗਦੇ ਰਹਿਣਾ ਸਾਡੇ ਜਿਉਂਦੇ ਜਾਗਦੇ ਰਹਿਣ ਦਾ ਸਬੱਬ ਬਣ ਕੇ ਰਹੇਗਾ। ਸੋ ਇਸ ਸਾਰੀ ਚਰਚਾ ਦੇ ਵਿੱਚ ਇਹ ਹੋਂਦ, ਇਹ ਵਜੂਦ, ਇਹ ਪਛਾਣ, ਮਤਲਬ ਇਹ ਕਿਉਂ ਇੱਕ ਬੰਦੇ ਲਈ ਇੰਪੋਰਟੈਂਟ ਹੈ? ਅਸੀਂ ਆਪਣੇ ਜਿਹੜੀ ਸਾਡੀ ਜੜ੍ਹ ਆ ਨਾ, ਜਿਹੜਾ ਸਾਡਾ ਨਾੜੂ ਆ, ਸਾਡੀ ਮਾਤਾ ਨੇ, ਸਾਡੇ ਪਿਤਾ ਜੀ ਨੇ, ਅਸੀਂ ਉਹਨਾਂ ਕਰਕੇ ਪਛਾਣ ਹੁੰਦੀ ਹੈ ਸਾਡੀ। ਬੰਦਾ ਸਿੰਘ ਬਹਾਦਰ, ਹਰੀ ਸਿੰਘ ਨੜੂਆ, ਫਿਰ ਉਹਨਾਂ ਦੀ ਆਪਾਂ ਕੀ ਪਛਾਣਾ ਦੇਵਾਂਗੇ ਵੀ ਉਹ ਕੌਣ ਲੋਕ ਸੀਗੇ? ਅਫਗਾਨੀਆਂ ਨੂੰ ਹਰੀ ਸਿੰਘ ਨੜੂਏ ਦੀ ਪਛਾਣ ਭੁੱਲੇਗੀ ਕਿ ਨਹੀਂ ਭੁੱਲੇਗੀ? ਉਹ ਹਰੀ ਸਿੰਘ ਨੜੂਏ ਨੂੰ ਪੰਜਾਬੀ ਕਹਿਣਗੇ ਕਿ ਹਿੰਦੁਸਤਾਨੀ ਕਹਿਣਗੇ ਕਿ ਏਸ਼ੀਆਈ ਕਹਿਣਗੇ? ਜਿੰਨਾ ਜ਼ੋਰ ਵੱਖਰੇ ਵੱਖਰੇ ਮੁਲਕਾਂ 'ਚ ਇੱਕ ਬੋਲੀ, ਇੱਕ ਧਰਮ, ਇੱਕ ਪਾਰਟੀ 'ਤੇ ਲੱਗ ਰਿਹਾ, ਜੇ ਜਿਹੜਾ ਸਵਾਲ ਤੁਸੀਂ ਕੀਤਾ ਨਾ, ਜੇ ਉਹ ਜ਼ੋਰ ਨਾ ਲੱਗ ਰਿਹਾ ਹੁੰਦਾ, ਫਿਰ ਆਪਾਂ ਕਹਿਣਾ ਸੀ ਹਾਂਜੀ ਅੱਗੇ ਵਧਣ ਦੀ ਲੋੜ ਆ। ਪਰ ਹਰ ਪਾਸੇ ਤੁਸੀਂ ਦੇਖ ਲਓ ਕਿ ਹਰ ਬੰਦਾ ਚਾਹੁੰਦਾ ਆ ਕਿ ਜਿਹੜਾ ਮੇਰਾ ਜਿਹੜਾ ਜਿੱਦਾਂ ਜਿਹੜਾ ਸਾਡੇ ਪੰਜਾਬ ਜਿਹੜੇ ਤੋਂ ਅਸੀਂ ਆਏ ਹੋਏ ਹਾਂ, ਉਹ ਸਾਡੀ ਜੜ੍ਹ ਆ, ਅਤੇ ਇੱਥੇ ਸਾਡਾ ਬੂਟਾ ਲੱਗਾ ਹੋਇਆ, ਉੱਥੇ ਵੱਖਰੇ ਵੱਖਰੇ ਆਲ੍ਹਣੇ ਬਣ ਰਹੇ ਨੇ, ਖੂਬਸੂਰਤ ਪੰਛੀ ਆ ਰਹੇ ਨੇ, ਨਾ ਤਾਂ ਜੜ੍ਹ ਨੂੰ ਕੱਟ ਸਕਦੇ ਹਾਂ ਅਤੇ ਨਾ ਹੀ ਦਰੱਖਤ ਨੂੰ ਕੱਟ ਸਕਦੇ ਹਾਂ। ਸੋ ਇਹ ਔਰ ਜਿਹੜੇ ਅਸੀਂ ਮੁਲਕ 'ਚ ਰਹਿੰਦੇ ਹਾਂ, ਉੱਥੇ ਤਾਂ ਸਗੋਂ ਕਿ ਸਾਡੀ ਪਛਾਣ ਵੱਧ ਰਹੀ ਹੈ ਦਿਨੋਂ ਦਿਨ। ਚਾਹੇ ਤੁਸੀਂ ਦੇਖੋ ਹੁਣ ਜਿਹੜੇ ਖਾਲਸਾ ਏਡ ਲੰਗਰ ਲਾਉਂਦੇ ਨੇ, ਉਹਦੇ ਨਾਲ ਪਛਾਣ ਵੱਧ ਰਹੀ ਆ, ਉਹਨਾਂ ਨੂੰ ਖਾਲਸਾ ਏਡ ਰੱਖਣ ਦਾ, ਉਹ ਤਾਂ ਆਪਣਾ ਗਲੋਬਲ ਏਡ ਰੱਖ ਲੈਂਦੇ ਫਿਰ,
ਜਾਂ ਇੱਥੇ ਇੱਕ ਬੜੀ ਵੱਡੀ ਸੰਸਥਾ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੀ, ਉਹ ਫਿਰ ਸਿੱਖ ਲਾਉਂਜ ਵਿੱਚੋਂ ਕੱਟ ਦਿੰਦੇ, ਉਹ ਕਨੇਡੀਅਨ ਆਰਗੇਨਾਈਜੇਸ਼ਨ ਰੱਖ ਲੈਂਦੇ। ਸੋ ਜਿਹੜਾ ਜਿਹੜੀ ਪਛਾਣ ਆ ਨਾ ਇਹ 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 ਜਿਹਨੂੰ ਆਪਾਂ ਦੇਖੀਏ ਨਾ ਇਹ ਰਾਜਸ਼ਕਤੀ ਦੇ ਕਮਾਲ ਨੇ ਬੇਸਿਕਲੀ। ਜਾਂ ਤਾਂ ਤੁਸੀਂ ਆਪਣੇ ਆਪ ਨੂੰ ਡਿਫਾਈਨ ਕਰੋ ਜਾਂ ਕੋਈ ਆ ਕੇ ਤੁਹਾਨੂੰ ਕਰੇਗਾ। ਜਿਹੜੀ ਰਾਜਸ਼ਕਤੀ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਸੜਕ ਦੇ ਤੁਸੀਂ ਕਿਹੜੇ ਪਾਸੇ ਗੱਡੀ ਚਲਾਉਣੀ ਹੈ। ਜਦੋਂ ਤੁਸੀਂ ਖਾਣਾ ਖਾਣਾ ਉਹਨੇ ਤੁਹਾਨੂੰ ਦੱਸਣਾ ਵੀ ਤੁਸੀਂ ਕਿਲੋਆਂ 'ਚ ਗਿਣਨਾ ਕਿ ਪਾਉਂਡਾਂ 'ਚ ਗਿਣਨਾ ਉਹਨੂੰ। ਇੱਦਾਂ ਜੇ ਤੁਹਾਨੂੰ ਬੁਖਾਰ ਹੋ ਜਾਵੇ ਉਹ ਸੈਂਟੀਗ੍ਰੇਡ ਕਿ ਫੈਰਨਹਾਈਟ। ਸੋ ਇਹ ਤਾਂ ਰਾਜ ਸ਼ਕਤੀ ਦੇ ਕਮਾਲ ਨੇ ਨਾ, ਜਿਨ੍ਹਾਂ ਕੋਲ ਰਾਜ ਹੈਗੇ ਨੇ ਉਹਨਾਂ ਨੂੰ ਇਹਦੀ ਅਹਿਮੀਅਤ ਪਤਾ ਆ ਕਿ ਪਛਾਣ ਦੀ ਕੀ ਅਹਿਮੀਅਤ ਹੁੰਦੀ ਆ। ਅਤੇ ਜਿਨ੍ਹਾਂ ਇਹ ਜਿਹੜੇ ਸਾਡੇ ਵਰਗੇ ਵਣਜਾਰੇ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ। ਔਰ ਅਸੀਂ ਆਪਣੇ ਆਪ ਨੂੰ ਚੇਤੇ ਕਰਾ ਰਹੇ, ਅੰਦਰ ਨੂੰ ਦੇਖ ਰਹੇ ਹਾਂ ਕਿ ਅਸੀਂ ਕਿੰਨੇ ਸਾਨੂੰ ਦਹਾਕੇ ਹੋ ਗਏ ਨੇ ਆਇਆਂ ਨੂੰ, ਪਰ ਫਿਰ ਵੀ ਜਿਹੜੀ ਜਿਹੜੇ ਪੰਜਾਬ 'ਚੋਂ ਅਸੀਂ ਆਏ ਹੋਏ ਹਾਂ ਉਹ ਉਹਦਾ ਹੱਲੇ ਵੀ ਅਸੀਂ ਖੈਰ ਮੰਗਦੇ ਹਾਂ। ਤੁਸੀਂ ਕਿਸਾਨੀ ਮੋਰਚੇ 'ਚ ਦੇਖਿਆ ਕਿ ਜਿਹੜਾ ਬਾਹਰ ਐੱਨ ਆਰ ਆਈ ਸੀ ਉਹ ਕੋਲ ਜਿੰਨਾ ਵੀ ਮਦਦ ਕਰ ਹੋਈ ਉਹਨਾਂ ਨੇ ਕੀਤੀ, ਉਹ ਪਛਾਣ ਕਰਕੇ ਆ। ਉਹ ਜੇ ਪਛਾਣ ਨਹੀਂ ਹੁੰਦੀ ਤਾਂ ਮੁਸੀਬਤਾਂ ਤਾਂ ਹੋਰ ਮੁਲਕਾਂ 'ਤੇ ਵੀ ਬਹੁਤ ਆਉਂਦੀਆਂ ਨੇ। ਉਹ ਉਹ ਇੱਕ ਸਾਡੀ ਉਹ ਕੜੀ ਆ, ਇੱਕ ਸਾਂਝ ਆ। ਇੱਕ ਸਾਡੇ ਮਿੱਤਰ ਨੇ ਉਹ ਕਹਿੰਦੇ ਕਿਉਂਕਿ ਪੰਜਾਬੀ ਪੰਜਾਬ ਦੇ ਪਾਣੀਆਂ 'ਚ ਕੁਛ ਹੈ ਜਿਹਦੇ ਕਰਕੇ ਉਹ ਆਪਣੀ ਪਛਾਣ ਕਾਇਮ ਰੱਖਣਾ ਚਾਹੁੰਦਾ। ਮੈਂ ਕਿਹਾ ਨਹੀਂ ਜੀ, ਪਾਣੀਆਂ ਦੇ ਵਿੱਚ ਨਹੀਂ, ਪਾਣੀਆਂ ਦੇ ਕੰਢੇ ਜਿਹੜੀ ਬਾਣੀ ਪੜ੍ਹ ਹੋਈ ਆ ਨਾ, ਉਹ ਬਾਣੀ ਪੜ੍ਹ ਕੇ ਜਦੋਂ ਉਹ ਪਾਣੀ ਪੀਂਦੇ ਨੇ ਉਹ ਬਾਣੀਆਂ 'ਚ ਆ ਕੁਛ। ਕਿਉਂਕਿ ਜਿਹੜਾ ਜਦੋਂ ਆਪਾਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਫਿਰ ਤਾਂ ਇਹ ਖਾਣ ਇਹ ਖਤਮ ਹੋ ਜਾਣੀ ਹੈ ਜੇ ਅਸੀਂ ਇਹ ਇਸ ਗੱਲ 'ਤੇ ਤੁਰ ਪਏ ਵੀ ਆਈਡੈਂਟੀ ਦੀ ਲੋੜ ਨਹੀਂ ਹੈਗੀ। ਫਿਰ ਜਿਹੜੇ ਸਾਡੇ ਦੇਗ ਤੇਗ ਫਤਿਹ ਹੈ, ਹੋਰ ਸਾਡੇ ਬੋਲੇ ਨੇ, ਉਹ ਇਹਦਾ ਮਤਲਬ ਉਹ ਆਪਾਂ ਖਤਮ ਕਰਾਂਗੇ ਫਿਰ? ਪਛਾਣ ਤਾਂ ਪਛਾਣ ਬਿਨਾਂ ਕੀ ਹੈ ਜੀ? ਪਛਾਣ ਬਿਨਾਂ ਕੁਛ ਨਹੀਂ ਹੈ। ਜਦੋਂ ਆਪਾਂ ਹੋਣ ਦੀ ਗੱਲ ਕਰਦੇ ਹਾਂ ਤੇ ਆਪਣੇ ਆਪ 'ਚ ਇਹਦੇ ਬਹੁਤ ਪਿਆਰਾ ਵਰਤਾਰਾ ਆ ਕਿ ਡਾਇਵਰਸਿਟੀ, ਵੰਨ ਸੁਵੰਨਤਾ, ਮਤਲਬ ਇਸ ਨੂੰ ਅਸੀਂ ਤਰਜੀਹ ਦਈਏ। ਹਰ ਬੰਦੇ ਦਾ ਇੱਕ ਆਪਣਾ ਪਹਿਰਾਵਾ, ਆਪਣਾ ਉਹਦਾ ਔਰਾ, ਆਪਣਾ ਉਹਦਾ ਲਹਿਜਾ ਹੈਗਾ ਆ। ਪੰਜਾਬ ਦੇ ਅੰਦਰ ਵੀ ਕਈ ਹੈ ਜੇ ਮਤਲਬ ਕਿ ਆਪਾਂ ਉਸੇ ਨੂੰ ਮਾਣਦੇ ਹੋਏ ਵੀ ਤਾਂ ਇੱਕ ਦੂਜੇ ਨਾਲ ਵਿਚਰ ਸਕਦੇ ਹਾਂ। ਪਰ ਜਿਸ ਤਰ੍ਹਾਂ ਸਾਊਥ ਏਸ਼ੀਅਨ ਦੀ ਗੱਲ ਹੈ, ਉਸੇ ਤਰ੍ਹਾਂ ਵਨ ਲੈਂਗੁਏਜ ਵਨ ਨੇਸ਼ਨ ਦੀ ਗੱਲ ਹੈ, ਅਤੇ ਉਸੇ ਦੇ ਵਿੱਚ ਅਸੀਂ ਫਿਰ ਜ਼ੁਬਾਨਾਂ, ਕੁਝ ਜ਼ੁਬਾਨਾਂ ਪੀੜਿਤ ਹੋ ਰਹੀਆਂ ਨੇ, ਕੁਝ ਜ਼ੁਬਾਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਨਹੀਂ ਇਹਨੂੰ ਹੀ ਅਸੀਂ ਹਰ ਚੀਜ਼ ਦਾ ਆਧਾਰ ਬਣਾ ਦਈਏ। ਸੋ ਇਹ ਸਾਰਾ ਇੱਕ ਸਟਰਗਲ ਤਾਂ ਪੂਰੀ ਦੁਨੀਆ ਦੇ ਅੰਦਰ ਚੱਲ ਰਿਹਾ। ਅਤੇ ਜਦੋਂ ਅਸੀਂ ਸਾਊਥ ਏਸ਼ੀਅਨ ਗੱਲ ਕਹਿੰਦੇ ਹਾਂ ਤਾਂ ਉਸ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਫਿਰ ਸਾਰੇ ਵਰਤਾਰੇ ਨੂੰ ਅਸੀਂ ਉਵੇਂ ਕਿਵੇਂ ਪ੍ਰਭਾਸ਼ਿਤ ਕਰਾਂਗੇ? ਥੋੜ੍ਹਾ ਜਿਹਾ ਇਹ ਸਮਝਾਓ ਕਿ ਜਦੋਂ ਕੈਨੇਡਾ ਅਤੇ ਪੰਜਾਬ ਜਾਂ ਕੈਨੇਡਾ ਅਤੇ ਪੰਜਾਬੀ ਜਾਂ ਕੈਨੇਡਾ ਅਤੇ ਸਿੱਖ, ਜਦੋਂ ਆਪਾਂ ਇਹਨਾਂ ਸ਼ਬਦਾਂ ਦੇ ਆਲੇ ਦੁਆਲੇ ਬਿਰਤਾਂਤ ਨੂੰ ਸਮਝਣਾ ਹੋਵੇ ਤਾਂ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਆ? ਵੀ ਸਭ ਤੋਂ ਪਹਿਲਾਂ ਜਿਵੇਂ ਸੁਣੀਦਾ ਵੀ ਕੈਨੇਡਾ ਪੰਜਾਬੀ ਕਿਵੇਂ ਆਏ, ਅਤੇ ਉਹਦਾ ਇੱਕ ਬੜਾ ਖੂਬਸੂਰਤ ਹੈ ਕਿ ਕੋਲਕਾਤਾ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਗਏ ਸਨ ਅਤੇ ਉੱਥੇ ਗੁਰਦੁਆਰਾ ਇਤਿਹਾਸਕ, ਅਤੇ ਉਹ ਗੁਰਦੁਆਰਾ ਫਾਰ ਐਗਜ਼ਾਮਪਲ ਵੀ 4-5 ਕਿਲੋਮੀਟਰ 'ਤੇ ਹੈਗਾ ਬਜਬਜ ਘਾਟ ਤੋਂ। ਅਤੇ ਜਦੋਂ ਬਜਬਜ ਘਾਟ ਤੋਂ ਪੰਜਾਬੀਆਂ ਨੇ ਸਿੱਖਾਂ ਨੇ ਕੈਨੇਡਾ ਇੰਗਲੈਂਡ ਨੂੰ ਆਉਣਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਫਿਰ ਦੇਖਿਆ ਕਿ ਹੁਣ ਇੱਥੇ 4-4, 5-5 ਦਿਨ ਰਹਿਣਾ ਪੈਂਦਾ ਆ ਕਿਨਾਰੇ 'ਤੇ ਜਹਾਜ਼ ਦੀ ਉਡੀਕ 'ਚ, ਅਤੇ ਉਹਨਾਂ ਨੇ ਇੱਕ ਗੁਰਦੁਆਰਾ ਉੱਥੇ ਵੀ ਉਸਾਰ ਦਿੱਤਾ। ਅਤੇ ਉਹ ਗੁਰਦੁਆਰਾ ਇੱਕ ਸੋਮਾ ਸੀ ਵੀ ਬਾਣੀ, ਗੁਰੂ ਦਾ ਆਸਰਾ, ਉਹਦੇ ਆਸਰੇ 'ਚ ਉੱਥੇ ਰਹਿਣਾ, ਉੱਥੇ ਉਹਨਾਂ ਦੀ ਖੁਰਾਕ ਦਾ ਇੰਤਜ਼ਾਮ ਹੋ ਜਾਣਾ, ਛੱਤ ਦਾ ਇੰਤਜ਼ਾਮ ਹੋ ਜਾਣਾ। ਸੋ ਜਦੋਂ ਫਿਰ ਕੈਨੇਡਾ ਆਏ ਇੱਥੇ, ਜਦੋਂ ਜਿਵੇਂ ਪੰਜਾਬੀ ਆਏ ਉਹਨਾਂ ਨੇ ਪਹਿਲਾਂ ਆ ਕੇ ਆਪਣੇ ਗੁਰਦੁਆਰੇ ਵਸਾਏ, ਹੈ ਨਾ। ਅਤੇ ਗੁਰਦੁਆਰੇ ਸਥਾਪਿਤ ਕਰਨ ਦਾ ਇਹੋ ਆ ਵੀ ਉਹ ਗੁਰੂ ਦੇ ਆਸਰੇ ਵਿੱਚ ਰਹਿੰਦੇ ਨੇ, ਪਹਿਲਾਂ ਗੁਰਦੁਆਰਾ ਬਣਦਾ ਆ ਫਿਰ ਚੀਜ਼ਾਂ ਬਿਹਤਰ ਹੋ ਜਾਂਦੀਆਂ। ਸੋ ਉਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਜਦੋਂ ਅਸੀਂ ਪਛਾਣ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ 'ਚ ਕੈਨੇਡਾ ਸਿੱਖ ਜਾਂ ਕੈਨੇਡਾ ਅਤੇ ਪੰਜਾਬੀ, ਹੈ ਨਾ, ਜਾਂ ਕੈਨੇਡਾ ਅਤੇ ਪੰਜਾਬ ਜਾਂ ਕੈਨੇਡਾ ਦੇ ਵਿੱਚ ਪੰਜਾਬ, ਉਹਨੇ ਜਿਵੇਂ ਟਿੰਬਰ ਇੰਡਸਟਰੀ ਦੀਆਂ ਅਸੀਂ ਕਹਾਣੀਆਂ ਸੁਣਦੇ ਹਾਂ, ਥੋੜ੍ਹਾ ਜਿਹਾ ਉਸ ਦੇ ਬਾਰੇ ਦੱਸੋ ਜੀ। ਜੀ, ਜਿਹੜੀ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਵੰਨ ਸੁਵੰਨਤਾ ਦੀ, ਉਹ ਚਾਹੇ ਉੱਥੇ ਵਾਲਾ ਪੰਜਾਬ ਆ ਚਾਹੇ ਇੱਥੇ ਵਾਲਾ ਪੰਜਾਬ ਆ, ਉਹ ਤੁਸੀਂ ਇੱਕ ਸੁਰਤਾ ਹੋ ਜਾਓ ਪਰ ਇਕਸਾਰ ਨਾ ਹੋਵੋ, ਔਰ ਨਾ ਹੀ ਕਿਸੇ ਨੂੰ ਇਕਸਾਰ ਕਰਨ ਦੀ ਕੋਸ਼ਿਸ਼ ਕਰੋ। ਇਹੀ ਕੁਦਰਤ ਦਾ ਨਿਯਮ ਆ। ਜਿੱਦਾਂ ਕੋਈ ਕੋਈ ਫਲਾਂ ਦਾ ਬੂਟਾ ਆ, ਕੋਈ ਫੁੱਲ ਲੱਗਦੇ ਨੇ, ਕੋਈ ਝਾੜੀਆਂ ਨੇ,
ਤੁਸੀਂ ਇਹਨਾਂ ਨੂੰ ਇਕਸਾਰ ਕਰ ਨਹੀਂ ਸਕਦੇ। ਇਹ ਕੁਦਰਤ ਦਾ ਨਿਯਮ ਨਹੀਂ ਹੈਗਾ, ਹਰੇਕ ਦੀ ਆਪਣੀ ਆਪਣੀ ਕੁਆਲਿਟੀ ਆ। ਸੋ ਜਦੋਂ ਇੱਥੇ ਆਪਣਾ ਜਦੋਂ ਸਫ਼ਰ ਹੋਇਆ ਨਾ, ਤੁਸੀਂ ਦੇਖੋ ਵੀ ਕਈ ਸ਼ਬਦ ਕਿੰਨੇ ਸਾਫ਼ ਸੁਥਰੇ ਰਿਸਪੈਕਟੇਬਲ ਨੇ, ਜਿੱਦਾਂ ਹਿੰਦੂ ਸ਼ਬਦ, ਜਿੱਦਾਂ ਪਾਕ ਸ਼ਬਦ। ਸੋ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ ਗੱਲ ਕਰਨ ਲੱਗਾ, ਵੈਸੇ ਟੂ ਜਿੱਦਾਂ ਉਹਦੀ ਨਾ ਅੰਡਰਸਟੈਂਡਿੰਗ ਲਈ। ਜਦੋਂ ਅਸੀਂ ਪਹਿਲਾਂ ਇੱਥੇ ਉਤਰੇ ਹਾਂ ਸਾਡੇ ਬਜ਼ੁਰਗ, ਤਾਂ ਉਹਨਾਂ ਨੂੰ ਹਿੰਦੂ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ। ਉਹ ਇੱਕ ਇੱਕ ਰੇਸਿਸਟ ਟਰਮ ਦੇ ਤੌਰ 'ਤੇ ਵਰਤਿਆ ਜਾਂਦਾ ਸੀਗਾ। ਫਿਰ ਥੋੜ੍ਹਾ ਜਿਹਾ ਜਦੋਂ ਸਮਾਂ ਅੱਗੇ ਗਿਆ, ਜਿਹੜਾ ਪਾਕ ਲਫ਼ਜ਼ ਦੇਖੋ ਕਿੰਨਾ ਚੰਗਾ ਹੈ, ਅਤੇ ਫਿਰ ਸਾਨੂੰ ਪਾਕੀ ਕਹਿਣ ਲੱਗ ਪਏ। ਹਾਲਾਂਕਿ ਦੋਨੋਂ ਸ਼ਬਦ ਚੰਗੇ ਨੇ, ਪਰ ਜਿਹੜੀ ਉਹਦੀ ਕੋਨੋਟੇਸ਼ਨ ਆ ਨਾ, ਉਹ ਨਹੀਂ ਚੰਗੀ ਹੈਗੀ। ਫਿਰ ਸਾਨੂੰ ਈਸਟ ਇੰਡੀਅਨ ਕਹਿਣ ਲੱਗ ਪਏ। ਉਹਦੇ ਤੋਂ ਬਾਅਦ 'ਚੋਂ ਅਸੀਂ ਇੰਡੋ ਕਨੇਡੀਅਨ ਹੋ ਗਏ। ਸੋ ਇੰਡੋ ਕਨੇਡੀਅਨ ਹੁਣ ਅਸੀਂ ਮਸੀਂ ਵਾਹਿਗੁਰੂ ਦੀ ਮੇਰ ਨਾਲ ਸਿੱਖ ਕਨੇਡੀਅਨ ਹੋਏ ਹਾਂ ਇੱਥੇ। ਸੋ ਇਹਦਾ ਸਫ਼ਰ ਦੇਖੋ ਕੀ ਆ। ਸੋ ਹੁਣ ਸਾਨੂੰ ਇਹਨਾਂ ਨੂੰ ਕਿਹੜੀ ਥੌਟ ਆ, ਉਹ ਚਾਹੁੰਦੀ ਆ ਵੀ ਇਹ ਸਾਊਥ ਏਸ਼ੀਅਨ ਬਣ ਜਾਣ ਹੁਣ। ਸੋ ਇਹਨਾਂ ਦੀ ਨਾ ਆਈਡੈਂਟੀ ਰੇਜ਼ ਹੋ ਜਾਵੇ। ਔਰ ਜਿੰਨੀਆਂ ਘਾਲਣਾਂ ਆਪਣੇ ਬਜ਼ੁਰਗਾਂ ਨੇ ਇੱਥੇ ਆ ਕੇ ਕੀਤੀਆਂ ਨੇ, ਉਹ ਚਾਹੇ ਉਹ ਜਿਹੜੇ ਡੰਗਰਾਂ ਦੇ ਬਾੜੇ ਸੀ, ਰਾਤ ਨੂੰ ਉਹਨਾਂ 'ਚ ਸੌਂਦੇ ਸੀ, ਉਹਨਾਂ ਨੂੰ ਤਨਖਾਹਾਂ ਘੱਟ ਮਿਲਦੀਆਂ ਸੀ ਗੋਰਿਆਂ ਦੇ ਉਸ ਵਿੱਚ, ਉਹਨਾਂ ਦੇ ਕੰਪੈਰੇਟਿਵਲੀ ਇੱਦਾਂ ਹੀ ਕੱਪੜੇ ਨਹੀਂ ਆਪਣੇ ਪਾ ਸਕਦੇ ਸੀ। ਔਰਤਾਂ ਹਮੇਸ਼ਾ ਸਕਰਟ ਪਾ ਕੇ ਗੁਰਦੁਆਰਾ ਸਾਹਿਬ ਜਾਂਦੀਆਂ ਸੀ, ਉੱਥੇ ਕੰਬਲਾਂ ਦਾ ਢੇਰ ਲੱਗਾ ਹੁੰਦਾ ਸੀ, ਅਤੇ ਫਿਰ ਉਹਨਾਂ ਨੇ ਉਹਨਾਂ ਨੂੰ ਕੰਬਲ ਦੇਣੇ ਵੀ ਆਪਣੀਆਂ ਲੱਤਾਂ ਢੱਕ ਲੈਣ ਉਹ। ਸੋ ਖਾਣਾ ਨਹੀਂ ਸੀ ਆਪਣਾ ਬਾਹਰ ਪਕਾਉਂਦੇ ਹੁੰਦੇ, ਇੱਦਾਂ ਕਈ ਮੁਸ਼ਕਲਾਂ ਸੀਗੀਆਂ, ਜ਼ੁਬਾਨ ਦੀ ਸੀਗੀ ਮੁਸ਼ਕਲਾਂ। ਉਹਦੇ ਤੋਂ ਬਾਅਦ ਬੜੀਆਂ ਘਾਲਣਾਂ, ਪੱਗ ਨਹੀਂ ਸੀ ਅਲਾਓ ਹੁੰਦੀ ਪੁਲਿਸ 'ਚ ਜਾਂ ਕਿਸੇ ਹੋਰ ਥਾਵਾਂ 'ਤੇ, ਆਪਣਾ ਗਾਤਰਾ ਨਹੀਂ ਸੀ ਪਾ ਸਕਦੇ। ਸੋ ਬਹੁਤ ਘਾਲਣਾ ਕਰ ਕਰਕੇ ਨਾ ਆਪਾਂ ਇੱਕ ਥਾਂ 'ਤੇ ਆਪਣੀ ਪਛਾਣ ਬਣਾਈ ਆ। ਹੁਣ ਜਿਹੜਾ ਆਪਣੀ ਪਾਰਲੀਮੈਂਟ ਆ, ਉੱਥੇ ਵਿਸਾਖੀ ਨੂੰ ਉੱਥੇ ਬਕਾਇਦਾ ਪਾਠ ਰੱਖਿਆ ਜਾਂਦਾ, ਅਤੇ ਉੱਥੇ ਭੋਗ ਪੈਂਦੇ ਨੇ ਸਿੰਬੋਲਿਕਲੀ, ਉਹ ਰਿਸਪੈਕਟ ਦਿੰਦੇ ਨੇ ਆਪਾਂ ਨੂੰ। ਸੋ ਇਹ ਸਾਰੇ ਵਿੱਚ ਆਪਾਂ ਇਨ ਨੇਮ ਆਫ ਇਨਕਲੂਸਿਵਿਟੀ ਡਾਇਵਰਸਿਟੀ ਆਪਾਂ ਆਪਣੀ ਆਈਡੈਂਟੀ ਅਰੇਸ ਕਾਹਦੇ ਕਰਾਂਗੇ। ਸੋ ਸਾਡੇ ਇੱਥੇ ਕਾਫ਼ੀ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਨਾਮ ਹੈਗੇ ਸਾਊਥ ਏਸ਼ੀਅਨ, ਪਰ ਦਿੱਕਤ ਉਦੋਂ ਆਈ ਜਦੋਂ ਸਾਡੇ ਨੇ ਕਿੱਥੇ ਮਿਊਜ਼ੀਅਮ ਬਣਨ ਲੱਗਾ, ਜਦੋਂ ਉਹ ਕਹਿੰਦੇ ਉਹਦਾ ਨਾਮ ਸਾਊਥ ਏਸ਼ੀਅਨ ਰੱਖਣਾ। ਸੋ ਅਸੀਂ ਫਿਰ ਉਹਦੇ ਬਾਰੇ ਆਵਾਜ਼ ਉਠਾਈ ਵੀ ਤੁਸੀਂ ਹੋਰ ਕਿਸੇ ਖਿੱਤੇ ਦੇ ਨਾਮ 'ਤੇ ਕੈਨੇਡਾ 'ਚ ਮਿਊਜ਼ੀਅਮ ਨਹੀਂ ਬਣਾਇਆ ਹੋਇਆ। ਈਵਨ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਨਾ, ਉਹਨਾਂ ਨੂੰ ਫਸਟ ਨੇਸ਼ਨ ਕਹਿੰਦੇ ਹਾਂ ਰਿਸਪੈਕਟਿਵਲੀ, ਉਹਨਾਂ ਦੇ ਨਾਮ 'ਤੇ ਮਿਊਜ਼ੀਅਮ ਨਹੀਂ ਬਣਿਆ ਹੋਇਆ। ਜਿਹੜੇ ਉਹਨਾਂ ਦੇ ਵੱਖਰੇ ਵੱਖਰੇ ਮਿਸਲਾਂ ਨੇ, ਬੈਂਡ ਕਹਿ ਲਓ, ਉਹਨਾਂ ਦੇ ਨਾਮ 'ਤੇ ਤਾਂ ਬਣੇ ਹੋਏ ਨੇ, ਪਰ ਫਸਟ ਨੇਸ਼ਨ ਦੇ ਨਾਮ 'ਤੇ ਨਹੀਂ ਬਣਿਆ ਹੋਇਆ। ਇੱਦਾਂ ਹੀ ਈਸਟ ਯੂਰਪ ਨਹੀਂ ਬਣਿਆ ਹੋਇਆ, ਵੈਸਟ ਯੂਰਪ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ। ਸੋ ਇਹ ਪਤਾ ਨਹੀਂ ਕੀ ਥੋਟ ਆ। ਮੈਂ ਇਹ ਸੋਚਦਾ ਹੁੰਦਾ ਵੀ ਕੱਲ੍ਹ ਨੂੰ ਜਿਹੜੇ ਆਪਣੇ ਨਗਰ ਕੀਰਤਨ ਨੇ, ਆਪਣੇ ਗੁਰੂ ਘਰ ਨੇ, ਉਹਨਾਂ ਦਾ ਨਾਮ ਸਾਊਥ ਏਸ਼ੀਅਨ ਹੋਏਗਾ। ਫਿਰ ਜਿਹੜੇ ਸਾਡੇ ਤਿੱਥ ਤਿਉਹਾਰ ਨੇ, ਦੀਵਾਲੀ ਸਾਊਥ ਏਸ਼ੀਅਨ ਫੈਸਟੀਵਲ, ਹੋਲੀ ਸਾਊਥ ਏਸ਼ੀਅਨ, ਈਦ ਸਾਊਥ ਏਸ਼ੀਅਨ। ਸੋ ਇਹ ਇੱਕ ਨਾ ਜਿੱਦਾਂ ਇੱਦਾਂ ਪੇਂਟ ਬਰੱਸ਼ ਮਾਰਨਾ ਹੁੰਦਾ ਵੀ ਇਹ ਸਾਰਾ ਕੁਛ। ਅੱਗੇ ਇੱਥੇ ਜਦੋਂ ਨਵੇਂ ਰੈਸਟੋਰੈਂਟ ਖੁੱਲ੍ਹਦੇ ਹੁੰਦੇ ਸੀ ਨਾ, ਸਾਰੇ ਚਾਹੇ ਮਟਰ ਪਨੀਰ ਲੈ ਲਓ ਅਤੇ ਚਾਹੇ ਬੱਕਰਾ ਲੈ ਲਓ ਚਾਹੇ ਚਿਕਨ, ਸਾਰੇ ਦੀ ਗ੍ਰੇਵੀ ਇੱਕ ਹੁੰਦੀ ਸੀਗੀ, ਕਿਉਂਕਿ ਕੁੱਕ ਨਹੀਂ। ਇਸਦੇ ਵਿੱਚ ਮੇਰੇ ਯਾਦ ਆ ਗਿਆ ਕਿ ਕੈਲੀਫੋਰਨੀਆ ਤੋਂ ਇੱਕ ਫੋਟੋ ਦੇਖੀ ਜਿਸਦੇ ਉੱਤੇ ਲਿਖਿਆ ਹੋਇਆ ਸੀ ਸਿੱਖ ਟੈਂਪਲ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਸਾਡੇ ਕੋਲ ਆਪਣਾ ਸ਼ਬਦ ਹੈਗਾ ਆ ਗੁਰਦੁਆਰਾ, ਅਤੇ ਤੁਸੀਂ ਇਹਨੂੰ ਸਿੱਖ ਟੈਂਪਲ ਨਾਂ ਸੰਬੋਧਿਤ ਹੋ ਕੇ ਗੁਰਦੁਆਰੇ ਤੋਂ ਸੰਬੋਧਿਤ ਹੋਣਾ ਸ਼ੁਰੂ ਕਰੋ। ਅਤੇ ਉਹਨਾਂ ਦਾ ਸੀ ਵੀ ਸਿੱਖ ਟੈਂਪਲ ਇਹਦਾ ਚੱਲਦਾ ਆ, ਅਤੇ ਮੈਂ ਕਿਹਾ ਵੀ ਜੇ ਇਹ ਚੱਲਦਾ ਤਾਂ ਫਿਰ ਆਪਾਂ ਸਿੱਖ ਚਰਚ ਵੀ ਰੱਖ ਸਕਦੇ ਹਾਂ, ਉਸ ਦੇ ਵਿੱਚ ਵੀ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਮਸਲਾ ਚਰਚ ਦੇ ਜਾਂ ਟੈਂਪਲ ਦੇ ਬੁਰਾ ਹੋਣ ਦਾ ਨਹੀਂ ਆ, ਉਹ ਆਪਣੇ ਆਪ 'ਚ ਪਵਿੱਤਰ ਸ਼ਬਦ ਨੇ, ਉਹ ਕਿਸੇ ਜਿਹੜੇ ਕਮਿਊਨਿਟੀ ਦੇ ਹੈਗੇ ਨੇ ਉਹ ਉਸ ਕਮਿਊਨਿਟੀ ਉਹਨੂੰ ਉਸੇ ਤਰ੍ਹਾਂ ਅਪਣਾਵੇ ਅਤੇ ਉਸ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਜਦੋਂ ਸਾਡੇ ਕੋਲ ਸਾਡਾ ਸ਼ਬਦ ਹੈਗਾ ਅਤੇ ਫਿਰ ਸਿੱਖ ਟੈਂਪਲ ਜਾਂ ਸਿੱਖ ਚਰਚ ਨਹੀਂ ਹੋ ਸਕਦਾ, ਉਹ ਗੁਰਦੁਆਰਾ ਹੀ ਹੈ। ਅਤੇ ਪਰ ਅਸੀਂ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਸ਼ਬਦਾਂ ਦੇ ਨਾਲ ਵੀ ਸੁਹਿਰਦ ਨਹੀਂ ਹੈਗੇ, ਜਾਂ ਇੰਨਾ ਸੰਜੀਦਗੀ ਨਾਲ ਇਹਨਾਂ ਪ੍ਰਤੀ ਵੀ ਨਹੀਂ ਸੋਚਦੇ। ਜੀ ਜੀ, ਜਦੋਂ ਆਪਾਂ ਨੂੰ ਨਾ ਆਪਣੀ ਮਾਂ ਬੋਲੀ ਦੇ ਕਈ ਸ਼ਬਦ ਕਹਿਣ ਤੋਂ ਸੰਗ ਆਉਣ ਲੱਗ ਪਵੇ ਜਾਂ ਸ਼ਰਮ ਆਉਣ ਲੱਗ ਪਵੇ, ਇਹਦਾ ਮਤਲਬ ਸਾਨੂੰ ਆਪਣੀ ਮਾਂ ਬੋਲੀ 'ਤੇ ਮਾਣ ਨਹੀਂ ਹੈਗਾ। ਸਪੈਸ਼ਲੀ ਜਿਹੜੀਆਂ ਕਈ ਕਿਰਿਆਵਾਂ ਨੇ ਨਾ, ਉਹਨੂੰ ਅਸੀਂ ਪੰਜਾਬੀ 'ਚ ਨਹੀਂ ਕਹਿ ਸਕਦੇ। ਤੁਸੀਂ ਦੇਖੋ ਵੀ ਮੈਨੂੰ ਜੇ ਪਿਸ਼ਾਬ ਆਇਆ ਹੋਵੇ ਤਾਂ ਮੈਂ ਪਿਸ਼ਾਬ ਨਹੀਂ ਕਹੂੰਗਾ, ਜਾਂ ਮੈਂ ਟੱਟੀ ਪਿਸ਼ਾਬ ਨਹੀਂ ਕਹੂੰਗਾ, ਮੈਂ ਉਹਦੇ ਲਈ ਵਾਸ਼ਰੂਮ ਕਹੂੰਗਾ, ਲੈਟਰੀਨ ਕਹੂੰਗਾ, ਕਿਉਂਕਿ ਜਿਹੜੀ ਕਿਰਿਆ ਆ ਸਾਨੂੰ 'ਚ ਸ਼ਰਮ ਆਉਣ ਲੱਗ ਪਈ ਆਪਣਾ ਲਫ਼ਜ਼ ਕਹਿਣ 'ਚ।
क्योंकि साड़ी ज़हनियत दे विच चीज़ बन गई कि ये शब्द असी जे कहांगे तो सानू गवार समझा जाएगा जां ये शब्द ढुकवा नहीं है। असी अपने ही शब्दों नूं ये मान लिया कि ये ढुकवा है ये ढुकवा नहीं है। जी 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 मैं बहुत रिस्पैक्टफुली कहन लगा हूँ कि जिहड़े साडा एकेडीमिया पंजाब दे विच सी पहला तुसी देखो जदों उन्होंने श्री गुरु ग्रंथ साहिब की ट्रांसलेशन की उहदे विच जिहड़े शब्द उन्होंने इन बिन कर दित्ती गुरु नूं वाहिगुरु नूं लॉर्ड बना दिता गुरु नूं मास्टर बना दिता। सो अमरीका दे विच जिहड़े मास्टर होंदे सी उह गोरे होंदे सीगे ते स्लेव काले होंदे सीगे। तो साडा एक काला मित्र है उह कहिंदा वी थोड़े दी मास्टर ते स्लेव वाला रिलेशन आ। मैं कहा नहीं साडे नहीं। मैं उहनूं दस रिहा सी कुछ गुरबाणी बारे ना अपने एक पोथी साहिब चों पढ़ के उह इंग्लिश ट्रांसलेशन सीगी ਇੱਦਾਂ ਹੀ। ਪਰ ਜਦੋਂ ਤੁਸੀਂ ਬੁੱਧੀਜ਼ਮ ਬਾਰੇ ਦੇਖਦੇ ਹੋ ਨਾ ਉਹਨਾਂ ਨੇ ਜਿੱਦਾਂ ਨਿਰਵਾਣਾ ਲਿਖਿਆ ਉਹਨਾਂ ਨੇ ਨਿਰਵਾਣਾ ਨੂੰ ਇੰਗਲਿਸ਼ 'ਚ ਨਹੀਂ ਲਿਖਿਆ ਉਹਨਾਂ ਨੇ ਇੰਗਲਿਸ਼ ਦੀ ਟ੍ਰਾਂਸਲੇਸ਼ਨ ਦੇ ਵਿੱਚ ਨਿਰਵਾਣਾ ਲਿਖ ਕੇ ਫੁੱਟ ਨੋਟ ਦੇ ਵਿੱਚ ਉਹਦੀ ਐਕਸਪਲੇਨੇਸ਼ਨ ਕੀਤੀ ਵੀ ਨਿਰਵਾਣਾ ਦਾ ਕੀ ਮਤਲਬ ਹੁੰਦਾ। ਸੋ ਸਾਡਾ ਜਿਹੜਾ ਟੈਂਪਲ ਦਾ ਮੇਰੇ ਖਿਆਲ ਜਿਹੜਾ ਰੈਫਰੈਂਸ ਪੁਆਇੰਟ ਹੈ ਨਾ ਉਹ ਸ਼ਾਇਦ ਗੋਲਡਨ ਟੈਂਪਲ ਤੋਂ ਬਣਿਆ ਹੋਇਆ ਕਿਉਂਕਿ ਜਦੋਂ ਆਪਾਂ ਆਪਣੇ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਉਹ ਤਾਂ ਉਦੋਂ ਬ੍ਰਿਟਿਸ਼ ਕੋਲੋਨਾਈਜ਼ਰ ਸੀਗੇ ਉਹਨਾਂ ਨੇ ਨਾਮ ਰੱਖ ਦਿੱਤਾ। ਸੋ ਜਦੋਂ ਉੱਥੋਂ ਬੋਲ ਹੁੰਦਾ ਤੁਸੀਂ ਦੇਖੋ ਵੀ ਇੱਕ ਮੈਂ ਤੁਹਾਨੂੰ ਵੈਸੇ ਹੀ ਐਗਜ਼ਾਮਪਲ ਦੇਣ ਲੱਗਾ ਵੀ ਇੱਕ ਗੋਰਾ ਅਤੇ ਇੱਕ ਆਪਣਾ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਅਤੇ ਉਹ ਕਹਿੰਦਾ ਵੀ ਵਟ ਇਜ਼ ਇਨ ਦੇਅਰ ਉਹ ਕਹਿੰਦਾ ਮਾਈ ਬਾਈਬਲ ਇਜ਼ ਇਨ ਦੇਅਰ ਉਹ ਕਹਿੰਦਾ ਵਟ ਇਜ਼ ਦਿਸ ਕਹਿੰਦਾ ਦਿਸ ਇਜ਼ ਮਾਈ ਚਰਚ ਉਹ ਕਹਿੰਦਾ ਵਟ ਡੂ ਯੂ ਡੂ ਇਨ ਸਾਈਡ ਕਹਿੰਦਾ ਆਈ ਪ੍ਰੇਜ਼ ਦਾ ਲੋਰਡ। ਸੋ ਜਦੋਂ ਗੋਰਾ ਘਰੇ ਗਿਆ ਉਹ ਕਹਿੰਦਾ ਉਹਨਾਂ ਕੋਲ ਚਰਚ ਵੀ ਆ ਸਿੱਖਾਂ ਕੋਲ ਉਹਨਾਂ ਕੋਲ ਬਾਈਬਲ ਵੀ ਆ ਅਤੇ ਉਹ ਜੀਸਸ ਨੂੰ ਵੀ ਮੰਨਦੇ ਆ। ਸੋ ਇਹ ਜਿਹੜੀ ਨਾ ਆਪਾਂ ਨੂੰ ਆਪਣੇ ਜਿਹੜੇ ਰੈਫਰੈਂਸ ਪੁਆਇੰਟ ਨੇ ਉਹ ਦੱਸਣ ਲੱਗੇ ਜਦੋਂ ਆਪਾਂ ਸੰਗਦੇ ਹਾਂ ਇੱਕ ਕਾਲੀ ਕਾਲੀ ਔਰਤ ਹੈ ਪ੍ਰੋਫੈਸਰ ਸਾਹਿਬਾਨ ਨੇ ਉਹ ਉਹਨਾਂ ਨੇ ਇੱਕ ਥੀਸਿਸ ਕੀਤਾ ਹੋਇਆ ਉਹ ਹੈਗਾ ਵੀ ਪੋਸਟ ਟਰਮੈਟਿਕ ਸਲੇਵ ਸਿੰਡਰਮ ਉਹਨਾਂ ਦਾ ਥੀਸਿਸ ਦੇ ਉੱਪਰ ਕਿ ਜਿਹੜੀਆਂ ਕੌਮਾਂ ਗੁਲਾਮੀ 'ਚੋਂ ਨੰਗੀਆਂ ਹੋਈਆਂ ਨੇ ਉਹ ਚਾਹੇ ਗੁਲਾਮੀ ਚਲੇ ਗਈ ਆ ਪਰ ਜਿਹੜੀਆਂ ਉਹਨਾਂ ਦੀ ਅਗਲੀ ਜਨਰੇਸ਼ਨ ਨੇ ਨਾ ਉਹਨਾਂ ਦੇ ਵਿੱਚ ਵੀ ਉਹ ਕਣ ਦੇਖਣ ਨੂੰ ਮਿਲਦੇ ਨੇ ਕਿਉਂਕਿ ਇਹ ਜਿਹੜੀ ਗੁਲਾਮੀ ਦਾ ਜਿਹੜੇ ਵਾਇਰਸ ਆ ਨਾ ਜਾਂ ਘੋਣਿਆ ਇਹ ਇੱਦਾਂ ਨਹੀਂ ਹੈਗਾ ਵੀ ਆਜ਼ਾਦੀ ਆ ਗਈ ਅਤੇ ਖਤਮ ਹੋ ਗਿਆ ਇਹ ਫਿਰ ਵੀ ਚੱਲਦਾ। ਹੁਣ ਜਿੱਦਾਂ ਜੂਇਸ਼ ਕਮਿਊਨਿਟੀ ਆ ਉਹਨਾਂ 'ਤੇ ਜੈਨੋਸਾਈਡ ਹੋਇਆ ਪਰ ਜਿਹੜੀ ਤੀਜੀ ਚੌਥੀ ਜਨਰੇਸ਼ਨ ਹੈ ਉਹ ਬੜੇ ਮਾਣ ਨਾਲ ਅਤੇ ਬੜੇ ਇਤਿਹਾਸ ਨੂੰ ਮਾਣ ਕਰਨ ਲਈ ਉਹਨੂੰ ਯਾਦ ਕਰਨ ਲਈ ਦੱਸਦੇ ਨੇ ਵੀ ਸਾਡੇ 'ਤੇ ਜੈਨੋਸਾਈਡ ਹੋਇਆ ਸੀਗਾ। ਸੋ ਇਹ ਜਿਹੜਾ ਟਰੋਮਾ ਹੈ ਇੱਦਾਂ ਟਰੈਵਲ ਕਰਦਾ ਇਹ ਇੱਦਾਂ ਹੀ ਬੋਲੀ 'ਤੇ ਜਦੋਂ ਹੁੰਦਾ ਨਾ ਜਦੋਂ ਆਪਾਂ ਆਪਣੇ ਸ਼ਬਦ ਨਹੀਂ ਕਹਿ ਸਕਦੇ ਜਦੋਂ ਮੈਂ ਮਾਹਾਂ ਦੀ ਦਾਲ ਮੂੰਗੀ ਧੋਵੀ ਦੀ ਦਾਲ ਉਹਨੂੰ ਮੈਂ ਬਲੈਕ ਜਾਂ ਯੈਲੋ ਦਾਲ ਬਣਾ ਦੇਣਾ ਕਈ ਬੱਚਿਆਂ ਤੋਂ ਗਿੱਚੀ ਨਹੀਂ ਕਹਿ ਹੁੰਦਾ ਕਈਆਂ ਤੋਂ ਗੋਡਾ ਨਹੀਂ ਕਹਿ ਹੁੰਦਾ ਕਈਆਂ ਤੋਂ ਕੂਣੀ ਨਹੀਂ ਕਹਿ ਹੁੰਦੀ ਇਹ ਸਭ ਇਹ ਵੈਸੇ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਸਾਰੀਆਂ। ਜਦੋਂ ਸਾਨੂੰ ਆਪਣੀ ਮਾਂ ਬੋਲੀ 'ਤੇ ਮਾਣ ਹੈ ਨਹੀਂ ਗਾ ਫਿਰ ਅਸੀਂ ਦੂਜੀ ਬੋਲੀਆਂ 'ਚੋਂ ਆਧਾਰੇ ਸ਼ਬਦ ਲੈ ਕੇ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਹੀਣਤਾ ਮਹਿਸੂਸ ਹੁੰਦੀ ਆ ਵੀ ਜੇ ਮੈਂ ਆਪਣਾ ਕੋਈ ਅੱਖਰ ਬੋਲ ਦਿੱਤਾ ਦੇਖਣ ਵਾਲੇ ਨੂੰ ਇੱਦਾਂ ਨਾ ਲੱਗੇ ਵੀ ਮੈਂ ਪੜ੍ਹਿਆ ਲਿਖਿਆ ਹੈ ਨੀਗਾ। ਸੋ ਜਿੱਦਾਂ ਇੱਕ ਕੰਪਲੈਕਸ ਹੈ ਆਪਾਂ ਨੂੰ ਇਹ ਆਪਾਂ ਦੁਬਾਰਾ ਉਸ 'ਤੇ ਹੀ ਆਉਂਦੇ ਹਾਂ ਕਿ ਇੱਕ ਕਮਿਊਨਿਟੀ ਹੈ ਜਿਹਨੇ ਆਪਣੀ ਹਜ਼ਾਰਾਂ ਸਾਲ ਪੁਰਾਣੀ ਜ਼ਬਾਨ ਜਿਹੜੀ ਉਹਨਾਂ ਦੀ ਮੂਲ ਜ਼ਬਾਨ ਹੈ ਹਿਬਰੂ ਉਹਨੂੰ ਇਸੇ ਤਰ੍ਹਾਂ ਬਚਾ ਕੇ ਰੱਖਿਆ ਹੈ। ਇੱਕ ਪਾਸੇ ਅਰੇਬੀਆਂ ਨੇ ਉਸੇ ਤਰ੍ਹਾਂ ਬਚਾ ਕੇ ਰੱਖਿਆ ਅਤੇ ਉਸੇ ਤਰ੍ਹਾਂ ਪੰਜਾਬੀ ਜ਼ਬਾਨ ਦੇ ਅੰਦਰ ਜਦੋਂ ਅਸੀਂ ਕੋਈ ਦੂਸਰੀਆਂ ਜ਼ਬਾਨਾਂ ਬੋਲਦੇ ਹਾਂ ਤਾਂ ਉਹ ਸਾਡੀ ਇੱਕ ਜ਼ਬਾਨ ਗਿਆਨ ਦਾ ਜ਼ਰੀਆ ਤਾਂ ਹੋ ਸਕਦਾ ਆ ਅਸੀਂ ਉਹਨਾਂ ਨੂੰ ਬੋਲ ਸਕਦੇ ਹਾਂ ਸਾਡੀ ਉਹਨਾਂ ਪ੍ਰਤੀ ਕੋਈ ਨਫ਼ਰਤ ਨਹੀਂ ਆ ਪਰ ਉਹਦਾ ਅਰਥ ਇਹ ਨਹੀਂ ਆ ਕਿ ਅਸੀਂ ਆਪਣੀ ਮੂਲ ਜ਼ਬਾਨ ਨੂੰ ਹੀ ਇਸ ਤਰ੍ਹਾਂ ਛੱਡਣ ਲੱਗ ਜਾਈਏ। ਕਦੀ ਕਦੀ ਉਸ ਦੇ ਵਿੱਚ ਇਹ ਵੀ ਆ ਜਾਂਦਾ ਰਿਹਾ ਕਿ ਨਹੀਂ ਜੀ ਪੰਜਾਬੀ ਤਾਂ ਬੋਲ ਸਕਦੇ ਹਾਂ ਪਰ ਇਹਦੀ ਲਿਪੀ ਦੇਵਨਾਗਰੀ ਕਰ ਦਿਉ ਇਹ ਵੀ ਗੱਲਾਂ ਕਦੀ ਕਦੀ ਉੱਠਦੀਆਂ ਰਹੀਆਂ। ਕਦੀ ਕਦੀ ਆਇਆ ਵੀ ਨਹੀਂ ਜੀ ਲਿਪੀ ਰੋਮਨ ਕਰ ਦਿਉ ਪਰ ਜਿਹੜੀ ਜਿਹੜੀ ਜ਼ਬਾਨ ਪੰਜਾਬੀ ਜ਼ਬਾਨ ਦੀ ਗੁਰਮੁਖੀ ਨਾਲ ਇੱਕ ਸਾਡੀ ਇੱਕ ਸਾਂਝ ਹੈ ਅਤੇ ਉਹ ਸਾਂਝ ਨੂੰ ਜਦ ਤੱਕ ਅਸੀਂ ਮਹਿਸੂਸ ਨਹੀਂ ਕਰਾਂਗੇ ਗੱਲ ਅੱਗੇ ਨਹੀਂ ਤੁਰੇਗੀ। ਅਤੇ ਜਦੋਂ ਆਪਾਂ ਸਾਊਥ ਏਸ਼ੀਅਨ 'ਤੇ ਦੁਬਾਰਾ ਆਉਂਦੇ ਹਾਂ ਕਿ ਸਾਊਥ ਏਸ਼ੀਅਨ ਦੇ ਵਿੱਚੋਂ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਇਹ ਇੱਕ ਗੜਬੜ ਵਾਲੀ ਆਈਡੈਂਟੀ ਆ ਅਤੇ ਇਸ ਦੇ ਵਿੱਚੋਂ ਕੈਨੇਡਾ ਦੀ ਉਸ ਧਰਤੀ ਦੇ ਉੱਤੇ
ਜਿਹੜਾ ਸਾਡਾ ਇਤਿਹਾਸ ਆ ਉਹ ਸਾਰਾ ਸਾਊਥ ਏਸ਼ੀਅਨ ਦੇ ਕਲਾਵੇ ਦੇ ਵਿੱਚ ਲਿਆ ਕੇ ਤੁਸੀਂ ਪੰਜਾਬੀ ਅਤੇ ਸਿੱਖਾਂ ਦਾ ਜਿਹੜਾ ਇਤਿਹਾਸ ਆ ਖਾਸ ਤੌਰ 'ਤੇ ਉਹਨੂੰ ਤੁਸੀਂ ਓਵਰਆਲ ਭਾਰਤ ਦਾ ਇਤਿਹਾਸ ਜਾਂ ਸਾਊਥ ਏਸ਼ੀਆ ਦਾ ਇਤਿਹਾਸ ਨਹੀਂ ਮੰਨ ਸਕਦੇ। ਅਤੇ ਉਸਦੇ ਵਿੱਚ ਜਿਹੜੀ ਉਪਲਬਧੀ ਆ, ਮਤਲਬ ਜਿਵੇਂ ਗਦਰੀ ਬਾਬਿਆਂ ਦੀ ਉਪਲਬਧੀ ਆ, ਉਸੇ ਤਰ੍ਹਾਂ ਮੇਵਾ ਸਿੰਘ ਲੋਪੋਕੇ ਬਾਰੇ ਆ, ਥੋੜ੍ਹਾ ਜਿਹਾ ਉਸ ਨਜ਼ਰੀਏ ਤੋਂ ਸਮਝਾਓ ਕਿ ਇਹ ਇਤਿਹਾਸ ਸਾਡੇ ਨਾਲ ਕਿਵੇਂ ਅਨਿੱਖੜਵਾਂ ਹਿੱਸਾ ਆ ਅਤੇ ਇਸ ਨੂੰ ਵਾਰ ਵਾਰ ਯਾਦ ਕਰਨਾ ਕਿਉਂ ਜ਼ਰੂਰੀ ਹੈ ਅਤੇ ਇਹ ਸਾਊਥ ਏਸ਼ੀਆ ਦੇ ਕਲਾਵੇ 'ਚ ਨਹੀਂ ਆਏਗਾ, ਇਹਨੂੰ ਸਿਰਫ ਇਸੇ ਤਰ੍ਹਾਂ ਹੀ ਸਮਝਿਆ ਜਾ ਸਕਦਾ ਜਦੋਂ ਅਸੀਂ ਕਹਾਂਗੇ ਸਾਡੀ ਹੋਂਦ ਪੰਜਾਬੀ ਹੈ, ਅਸੀਂ ਸਿੱਖ ਕੈਨੇਡੀਅਨ ਹਾਂ। ਜੀ ਜੀ ਜੀ, ਤੁਸੀਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਟਰਕੀ ਵਿੱਚ ਜਦੋਂ ਇੱਕ ਉੱਥੋਂ ਦਾ ਰੂਲਰ ਸੀ, ਆਈ ਥਿੰਕ ਅਤਾਤੁਰਕ, ਜਦੋਂ ਉਹ ਆਏ ਨੇ ਪਾਵਰ 'ਚ, ਉਹਨਾਂ ਨੇ ਕੀ ਕੀਤਾ ਕਿ ਜਿਹੜੀ ਲਿਪੀ ਆ ਉਹ ਰੋਮਨਾਈਜ਼ ਕਰ ਦਿੱਤੀ ਉੱਥੋਂ ਦੀ। ਪਹਿਲਾਂ ਜਿਹੜੀ ਉਹ ਲਿਪੀ ਹੁੰਦੀ ਸੀ ਉਹ ਮੇਰੇ ਖਿਆਲ ਅਰਬੀ ਅਤੇ ਟਰਕਿਸ਼ ਜ਼ੁਬਾਨ 'ਚ ਹੁੰਦੀ ਸੀਗੀ। ਜਦੋਂ ਉਹ ਰੋਮਨਾਈਜ਼ ਹੋਈ ਅਤੇ ਜਿਹੜੇ ਉੱਥੋਂ ਦੇ ਬੱਚੇ ਜਦੋਂ ਵੱਡੇ ਹੋਏ, ਉਹਨਾਂ ਦਾ ਪਿਛਲਾ ਜਿਹੜਾ ਲਿੰਕ ਸੀਗਾ ਉਹਨਾਂ ਦੀ ਹਿਸਟਰੀ ਨਾਲ, ਉਹਨਾਂ ਦੀ ਪੋਇਟਰੀ ਨਾਲ, ਉਹ ਸਾਰੇ ਟੁੱਟ ਗਿਆ ਉਹ। ਸੋ ਮੇਰਾ ਖਿਆਲ ਸ਼ਾਇਦ ਪ੍ਰਤਾਪ ਸਿੰਘ ਕੈਰੋ ਹੋਣਾ ਦੇ ਟਾਈਮ ਵੀ ਇਹ ਗੱਲ ਹੋਈ ਸੀ ਵੀ ਇਹ ਜਿਹੜੀ ਲਿਪੀ ਆ ਇਹਨੂੰ ਆਪਾਂ ਦੇਵਨਾਗਰੀ 'ਚ ਕਰ ਦਈਏ। ਫਿਰ ਤਾਂ ਇੱਕ ਆਪਣਾ ਬਹੁਤ ਜੁਝਾਰੂ ਹੋਇਆ ਜਿਹਨੇ ਫਾਂਸੀ ਵੀ ਲਈ ਸੀ, ਮੈਂ ਉਹਦਾ ਨਾਮ ਨਹੀਂ ਲੈਣਾ, ਉਹਨਾਂ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇਹਦੀ ਦੇਵਨਾਗਰੀ ਕਰ ਦਿਓ। ਉਹ ਆਰੀਆ ਸਮਾਜੀ ਵੀ ਸੀਗੇ ਅਤੇ ਖੱਬੇ ਪੱਖੀ ਵੀ ਸੀਗੇ ਸ਼ਾਇਦ। ਸੋ ਜਦੋਂ ਆਪਾਂ ਇੱਕ ਤਾਂ ਪਹਿਲਾਂ ਇੱਕ ਆਪਾਂ ਆਪਣਾ ਵਹਿਮ ਦੂਰ ਕਰ ਲਈਏ ਕਿ ਆਪਾਂ ਕਈਆਂ ਨੂੰ ਫਿਕਰ ਹੁੰਦਾ ਕਿ ਪੰਜਾਬੀ ਖਤਮ ਹੋ ਜਾਏਗੀ। ਜਦੋਂ ਤੱਕ ਸਾਡੀ ਗੁਰਮੁਖੀ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਦੀਵੀ ਨੇ, ਜਦੋਂ ਤੱਕ ਅਸੀਂ ਉਹਨਾਂ ਬਾਰੇ ਇੱਦਾਂ ਸੋਚ ਵੀ ਨਹੀਂ ਸਕਦੇ ਵੀ ਮੈਂ ਉਹ ਸ਼ਬਦ ਵੀ ਨਹੀਂ ਕਹਿ ਸਕਦਾ। ਸੋ ਲਿਪੀ ਕਦੀ ਨਹੀਂ ਖਤਮ ਹੋ ਸਕਦੀ ਆਪਣੀ, ਨਾ ਜ਼ੁਬਾਨ ਖਤਮ ਹੋਣੀ ਆ, ਹਮਲੇ ਹੁੰਦੇ ਰਹਿਣਗੇ। ਇੱਦਾਂ ਹੀ ਅਸੀਂ ਜਿੱਦਾਂ ਇਹਨਾਂ ਮੁਲਕਾਂ 'ਚ ਬੈਠੇ ਹਾਂ, ਕਾਫੀ ਯੂਨੀਵਰਸਿਟੀ ਨੇ ਜਿੱਥੇ ਪੰਜਾਬੀ ਪੜ੍ਹਾਈ ਜਾ ਰਹੀ ਆ ਔਰ ਤੁਸੀਂ ਐਜ ਏ ਸਬਜੈਕਟ ਲੈ ਸਕਦੇ ਹੋ, ਕਾਫੀ ਗੁਰੂ ਘਰ ਨੇ ਜਿੱਥੇ ਉਹ ਪੜ੍ਹਾਈ ਜਾ ਰਿਹਾ। ਹੁਣ ਜਿਹੜੀ ਇੱਕ ਆਈਡੈਂਟੀ ਨਵੀਂ ਬਣੀ ਹੋਈ ਆ ਉਹ ਇਹ ਹੈ ਕਿ ਜਿਹੜੇ ਸਿੱਖ ਜਿਨ੍ਹਾਂ ਦੇ ਜਵਾਕ ਕਦੀ ਪੰਜਾਬ ਗਏ ਵੀ ਨਹੀਂ ਸੀਗੇ, ਜੇ ਤੁਸੀਂ ਉਹਨਾਂ ਨੂੰ ਮਿਲੋਗੇ ਔਰ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਕਿ ਉਹਨਾਂ ਬੱਚਿਆਂ ਨੂੰ ਪੰਜਾਬ ਦਾ, ਸਿੱਖਾਂ ਦਾ ਇਤਿਹਾਸ ਕਿੰਨਾ ਪਤਾ ਆ। ਹਾਲਾਂਕਿ ਉੱਥੇ ਹੋ ਸਕਦਾ ਗਏ ਨਾ ਹੋਣ, ਪਰ ਜਿਹੜੀ ਆ ਓਰਲ ਚੱਲ ਸਾਡੀ ਹਿਸਟਰੀ ਚੱਲ ਰਹੀ ਆ, ਟ੍ਰੈਡੀਸ਼ਨ ਚੱਲ ਰਿਹਾ, ਉਹ ਆਪਣੇ ਬਜ਼ੁਰਗਾਂ ਤੋਂ ਸਾਖੀਆਂ ਸਿੱਖ ਰਹੇ ਨੇ। ਇਸ ਮੁਲਕ ਦੇ ਵਿੱਚ ਮੁਲਕ ਦਾ ਕਦੀ ਜ਼ੋਰ ਨਹੀਂ ਲੱਗਦਾ ਕਿ ਕਿਸੇ ਦੀ ਆਈਡੈਂਟੀ ਖਤਮ ਹੋਵੇ। ਉਹ ਤਾਂ ਹਮੇਸ਼ਾ ਇਹਨੂੰ ਅੱਗੇ ਵਧਾਉਂਦੇ ਨੇ ਕਿ ਤੁਸੀਂ ਆਪਣੀ ਗੱਲ ਕਰੋ, ਪਰ ਕਿਸੇ ਵਜ੍ਹਾ ਕਰਕੇ ਉਹਦੇ ਵਿੱਚ ਆਪਣੇ ਵੀ ਸ਼ਾਮਿਲ ਨੇ ਜਿਹੜੀ ਇਹ ਆਈਡੈਂਟੀ ਨੂੰ ਆਪਣੀ, ਜਾਂ ਤਾਂ ਉਹਨੂੰ ਸ਼ਾਇਦ ਸਮਝ ਨਹੀਂ, ਗਲੇਬਲ ਨੇ ਥੋੜ੍ਹੇ ਜਿਹੇ ਉਹ, ਮੈਂ ਇਗਨੋਰੈਂਟ ਤਾਂ ਨਹੀਂ ਕਹਾਂਗਾ, ਉਹਨਾਂ ਨੂੰ ਇਹਨਾਂ ਦੇ ਲੌਂਗ ਟਰਮ ਜਿਹੜੇ ਕੌਨਸੀਕੁਐਂਸਿਸ ਨਹੀਂ ਪਤਾ ਨੇ ਵੀ ਕੀ ਨੇ ਇਹ, ਵੀ ਸਾਡੀ ਸਾਊਥ ਏਸ਼ੀਅਨ ਦੇ ਨਾਮ ਦੇ ਥੱਲੇ ਜਿਹੜੀ ਸਾਡੀ ਸਟੀਰੀਓਟਾਈਪਿੰਗ ਹੋ ਰਹੀ ਆ, ਉਹਨਾਂ ਡਾਇਵਰਸਿਟੀ ਨੂੰ ਓਵਰਲੁੱਕ ਕਰਦੀ ਆ ਉਹ ਉਹ ਇਹਨੂੰ, ਜਿੱਦਾਂ ਆਪਾਂ ਪਹਿਲਾਂ ਕਿਹਾ ਸੀਗਾ ਵੀ ਇਹਦੇ ਨਾਲ ਆਪਣੀ ਪਛਾਣ ਅਰੇਜ਼ ਹੁੰਦੀ ਆ। ਮੈਂ ਹਮੇਸ਼ਾ ਕਹਿੰਦਾ ਕਿ ਮੈਂ ਸਿੱਖ ਕੈਨੇਡੀਅਨ ਹਾਂ, ਮੈਂ ਚਾਹੁੰਦਾ ਸਾਡੇ ਬੱਚੇ ਵੀ ਇਹ ਕਹਿਣ ਕਿ ਉਹ ਸਿੱਖ ਕੈਨੇਡੀਅਨ ਆ। ਇੱਦਾਂ ਹੀ ਜਿਹੜਾ ਮੁਸਲਮਾਨ ਭਾਈਚਾਰਾ ਉਹ ਕਹੇ ਮੈਂ ਮੁਸਲਿਮ ਕੈਨੇਡੀਅਨ ਆ, ਉਹਦੇ ਵਿੱਚ ਮੇਰਾ ਖਿਆਲ ਆ ਵੀ ਮਾਣ ਵਾਲੀ ਗੱਲ ਆ, ਅਸੀਂ ਸਾਰਿਆਂ ਤੋਂ ਕੁਛ ਨਾ ਕੁਛ ਸਿੱਖਦੇ ਹਾਂ, ਉਹਨਾਂ ਦੇ ਤਿਉਹਾਰ ਬਹੁਤ ਸੋਹਣੇ ਨੇ, ਇੱਦਾਂ ਸਾਡੇ ਹਿੰਦੂ ਵੀਰ ਨੇ। ਸੋ ਇਹ ਜਿਹੜੀ ਆਈਡੈਂਟੀ ਨੂੰ ਰੇਜ਼ ਕਰਨਾ, ਮੈਨੂੰ ਥੋੜ੍ਹਾ ਜਿਹਾ ਇਹਦੇ 'ਤੇ ਗੁੱਸਾ ਵੀ ਆਉਂਦਾ, ਔਰ ਮੈਂ ਦੋ ਵਾਰੀ ਪਹਿਲਾਂ ਵੀ ਕਹਿ ਚੁੱਕਾ ਕਿ ਜਦੋਂ ਸਾਡੇ ਬੱਚੇ ਆ ਕੇ ਕਹਿੰਦੇ ਨੇ ਆ ਮੈਂ ਸਾਊਥ ਏਸ਼ੀਅਨ ਕੈਨੇਡੀਅਨ, ਇਹ ਮੈਨੂੰ ਨਾ ਇਹ ਗਾਲ ਜਿਹਾ ਵਰਗਾ ਸ਼ਬਦ ਲੱਗਣ ਲੱਗ ਪੈਂਦਾ ਫਿਰ, ਔਰ ਇਹਦੇ ਤੋਂ ਫਿਰ ਮੈਨੂੰ ਚਿੜ ਹੋਣ ਲੱਗ ਪੈਂਦੀ ਆ ਕਿ ਸਾਡੇ ਬਜ਼ੁਰਗਾਂ ਨੇ, ਚਾਹੇ ਉਹ ਗੁਰੂ ਨਾਨਕ ਜਹਾਜ਼ ਸੀਗਾ ਜਿਹਨੂੰ ਕਾਮਾਗਾਟਾ ਮਾਰੂ ਕਰਕੇ ਵੀ ਜਾਣਿਆ ਜਾਂਦਾ, ਚਾਹੇ ਬਜਬਜ ਘਾਟ 'ਤੇ ਜਦੋਂ ਮੁੜ ਕੇ ਗਏ ਨੇ, ਚਾਹੇ ਉਹ ਵਾਕਿਆ ਆ, ਤੁਸੀਂ ਦੇਖੋ ਵੀ ਕਿੰਨੀਆਂ ਪਰੇਸ਼ਾਨੀਆਂ ਕਰਕੇ ਉਹਦੇ ਵਿੱਚੋਂ ਚੀਜ਼ ਲੰਘ ਕੇ ਅਸੀਂ ਕਿਹੜੇ ਥਾਂ 'ਤੇ ਖੜ੍ਹੇ ਹਾਂ ਕਿ ਸਾਡੀ ਪਛਾਣ ਹੈ। ਔਰ ਕੈਨੇਡਾ 'ਚ ਕਾਫੀ ਉੱਪਰਲੇ ਨੰਬਰਾਂ 'ਤੇ ਪੰਜਾਬੀ ਆ ਰਹੀ ਆਪਣੀ ਬੋਲਣ। ਇਹ ਵੀ ਵੈਸੇ ਦਰਦ ਦਾ ਹਿੱਸਾ ਹੀ ਆ ਕਿ ਕੌਮਾਘਾਟਾ ਮਾਰੂ ਜਦੋਂ ਬਾਬਾ ਗੁਰਦੇਵ ਸਿੰਘ ਹੋਣਾ ਨੇ ਖਰੀਦਿਆ ਅਤੇ ਉਹਨਾਂ 'ਤੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਬਣਾਈ, ਗੁਰੂ ਨਾਨਕ ਜਹਾਜ਼ ਬਣਾਇਆ, ਅਤੇ ਉਹਨਾਂ ਦੀ ਇੱਛਾ ਸੀ ਵੀ ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਹੀ ਜਾਣਿਆ ਜਾਵੇ,
ਪਰ ਅਸੀਂ ਅੱਜ ਵੀ ਜਦੋਂ ਉਸ ਦੀ ਕਹਾਣੀ ਉਸ ਇਤਿਹਾਸ ਨੂੰ ਸੁਣਾਉਂਦੇ ਹਾਂ ਤਾਂ ਅਸੀਂ ਕਾਮਾ ਗਾਟਾ ਮਾਰੂ ਜਹਾਜ਼ ਹੀ ਕਹਿ ਦਿੰਦੇ ਹਾਂ ਜੀ ਜੀ ਉਹ ਉਹਦਾ ਹੈਗਾ ਨਾ ਵੀ ਈਦਰ ਯੂ ਡਿਫਾਈਨ ਯੂਅਰ ਸੈਲਫ ਔਰ ਸਮਵਨ ਵਿਲ ਡਿਫਾਈਨ ਯੂ ਜਾਂ ਤੁਸੀਂ ਆਪਣੇ ਆਪ ਨੂੰ ਡਿਫਾਈਨ ਕਰੋ ਮੈਂ ਨਾਮ ਨਹੀਂ ਲਵਾਂਗਾ ਵੀ ਕਿਹੜੇ ਚਾਹੁੰਦੇ ਸੀਗੇ ਵੀ ਇਹਦਾ ਨਾਮ ਕਾਮਾ ਗਾਟਾ ਹੋਵੇ ਪਰ ਜਦੋਂ ਅਸੀਂ ਕਾਮਾ ਗਾਟਾ ਦਾ ਇਤਿਹਾਸ ਪੜ੍ਹਦੇ ਹਾਂ ਵੀ ਉਹ ਜਹਾਜ਼ ਜਦੋਂ ਮੁੜ ਕੇ ਗਿਆ ਅਤੇ ਸਾਡੀ ਗੱਲ ਹੋ ਰਹੀ ਸੀ ਵੀ ਕਲਕੱਤੇ 'ਤੇ ਲੜਾਈ ਹੋਈ ਕਾਹਤੇ ਉਹ ਜੇਲ੍ਹ 'ਚ ਆਪਣਾ ਵਾਹਿਗੁਰੂ ਗੱਡੀ 'ਚ ਕਾਹਤੇ ਨਹੀਂ ਸੀ ਬੈਠਦੇ ਜਿੱਥੇ ਰੌਲਾ ਪਿਆ ਉਹ ਕਹਿੰਦੇ ਗੱਡੀ 'ਚ ਤਾਂ ਨਹੀਂ ਬੈਠਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਉਹ ਕਹਿੰਦੇ ਸਾਨੂੰ ਇਹ ਸਰੂਪ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਕਰ ਲੈਣ ਦਿਓ ਫਿਰ ਅਸੀਂ ਗੱਡੀ 'ਚ ਗ੍ਰਿਫਤਾਰੀ ਦੇ ਦਾਂਗੇ ਕਿਉਂਕਿ ਤੁਸੀਂ ਸਾਨੂੰ ਗ੍ਰਿਫਤਾਰ ਕਰ ਸਕਦੇ ਹੋ ਸਾਡੇ ਗੁਰੂ ਨੂੰ ਨਹੀਂ ਸੋ ਉੱਥੇ ਲੜਾਈ ਹੋਈ ਉੱਥੇ ਗੋਲੀ ਵੀ ਚੱਲੀ ਪਰ ਜਿਹੜਾ ਇਹ ਵਾਕਿਆ ਆ ਇਹ ਕਈ ਵਾਰੀ ਜਾਣੇ ਜਾਣੇ 'ਚ ਕਈ ਬੰਦੇ ਇਹਨੂੰ ਰੇਸ ਕਰ ਦਿੰਦੇ ਨੇ ਸੋ ਇਹ ਜਿਹੜਾ ਕਾਮਾ ਗਾਟਾ ਦੀ ਤੁਸੀਂ ਗੱਲ ਕੀਤੀ ਇਹ ਉਸੇ ਕੜੀ ਦਾ ਹਿੱਸਾ ਆ ਔਰ ਸਾਨੂੰ ਜਦੋਂ ਕੋਈ ਗੈਰ ਚਲੋ ਗੈਰ ਤਾਂ ਕੋਈ ਨਹੀਂ ਪਰ ਜਿਹੜੀ ਨੌਨ ਸਿੱਖ ਜਦੋਂ ਕੋਈ ਕਰਦਾ ਉਹਦਾ ਤਾਂ ਅਸੀਂ ਸਮਝ ਸਕਦੇ ਹਾਂ ਵੀ ਨਾ ਸਮਝੀ 'ਚ ਹੋ ਗਿਆ ਪਰ ਜਦੋਂ ਆਪਣੇ ਕਰਦੇ ਨੇ ਫਿਰ ਦੁੱਖ ਤਾਂ ਲੱਗਣਾ ਸੁਭਾਵਿਕ ਹਾਂਜੀ ਸੋ ਇਸ ਗੱਲ ਨੂੰ ਦੁਬਾਰਾ ਫਿਰ ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਇਹ ਮੁੱਦਾ ਨਫ਼ਰਤ ਦਾ ਨਹੀਂ ਹੈ ਇਹ ਮੁੱਦਾ ਆ ਵੀ ਆਪਣੀ ਹੋਂਦ ਨੂੰ ਇੱਜ਼ਤ ਦੇਣ ਦਾ ਇਹ ਮੁੱਦਾ ਓਵਰਆਲ ਵੱਡੇ ਕਲਾਵੇ ਦਾ ਉਸ ਤਰ੍ਹਾਂ ਨਹੀਂ ਹੈ ਇਹ ਮੁੱਦਾ ਹੈ ਕਿ ਉਸ ਕਲਾਵੇ ਦੇ ਵਿੱਚ ਇੱਕ ਸੁਰਤਾ ਆ ਕਿ ਇੱਕ ਸਾਰਤਾ ਆ ਇਹ ਇਸ ਫਰਕ ਨੂੰ ਜਦੋਂ ਸਮਝਿਆ ਜਾਏਗਾ ਤਾਂ ਫਿਰ ਮੈਨੂੰ ਲੱਗਦਾ ਮਸਲੇ ਹੱਲ ਹੋ ਜਾਣਗੇ ਜੀ ਜੀ ਅਤੇ ਅਸੀਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸੀ ਮੈਂ ਕਿ ਇਕੱਲੇ ਅਸੀਂ ਆਪਣੀ ਗੱਲ ਨਹੀਂ ਕਰ ਰਹੇ ਅਸੀਂ ਤਾਂ ਜਿਹੜਾ ਮੁਸਲਿਮ ਭਾਈਚਾਰਾ ਹਿੰਦੂ ਭਾਈਚਾਰਾ ਕ੍ਰਿਸਚਨ ਭਾਈਚਾਰਾ ਜਿਹੜਾ ਉੱਥੋਂ ਆਇਆ ਹੋਇਆ ਅਸੀਂ ਤਾਂ ਚਾਹੁੰਦੇ ਵੀ ਉਹਨਾਂ ਦੀ ਪਛਾਣ ਨਾ ਖਤਮ ਹੋਵੇ ਕਿਉਂਕਿ ਆਪਣੇ ਤਾਂ ਇੱਦਾਂ ਹੀ ਆ ਨਾ ਕਿ ਨਾ ਤੁਸੀਂ ਕਿਸੇ 'ਤੇ ਜ਼ੋਰ ਪਾਉਣਾ ਨਾ ਕਿਸੇ ਨੂੰ ਪਾਉਣ ਦੇਣਾ ਪਰ ਜੇ ਕੋਈ ਕਿਸੇ 'ਤੇ ਪਾਵੇ ਤਾਂ ਉਹ ਵੀ ਆਪਾਂ ਰੁਕਣਾ ਆ ਉਹ ਸੋ ਇਹ ਬਹੁਤ ਜ਼ਰੂਰੀ ਮੈਂ ਇਹਨੂੰ ਇਨਕਲੂਸਿਵਿਟੀ ਸਮਝਦਾ ਨਾਟ ਕਿ ਆਈਡੈਂਟੀਟੀ ਨੂੰ ਅਰੇਸ ਕਰਨ ਨੂੰ ਸੋ ਉਮੀਦ ਹੈ ਕਿ ਇਸ ਚਰਚਾ ਦੇ ਥਰੂ ਉਹ ਗੱਲ ਪਹੁੰਚੀ ਹੋਏਗੀ ਇਸ ਮਾਰਫਤ ਜੇ ਇਹ ਗੱਲ ਪਹੁੰਚੇ ਤਾਂ ਇਹ ਚਰਚਾ ਅੱਗੇ ਵੀ ਚੱਲਣੀ ਚਾਹੀਦੀ ਆ ਅਤੇ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਜੇ ਸਾਰੇ ਚਰਚਾ ਕਰਨਗੇ ਤਾਂ ਅਸੀਂ ਸਮਝ ਸਕਦੇ ਹਾਂ ਕਿ ਵਜੂਦ ਹੋਂਦ ਇਸਦਾ ਮਸਲਾ ਕਿਉਂ ਜ਼ਰੂਰੀ ਆ ਪਛਾਣ ਕਿਉਂ ਜ਼ਰੂਰੀ ਹੁੰਦੀ ਆ ਸੋ ਭੰਡਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ ਜੀ 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 ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅਖੀਰ 'ਚ ਮੈਂ ਬਸ ਸਿਰਫ ਇੱਕ ਹੀ ਗੱਲ ਕਹਿਣੀ ਚਾਹਾਂਗਾ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ ਵਧ ਨਸੀ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇੜ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇ ਜੇ ਲੜ ਮਾਹੀ ਦਾ ਫੜਕੇ ਬਸ ਇੰਨਾ ਹੀ ਜੀ ਸ਼ੁਕਰੀਆ ਓਕੇ ਥੈਂਕ ਯੂ ਜੀ ਥੈਂਕ ਯੂ ਫਤਿਹ ਜੀ